ਭਾਜੀ ਇੰਜਨ ਗੇਅਰ ਬਿਲਕੁਲ ਬਿਲਕੁਲ ਦਾਣੇ ਤੇ ਆ ਜੀ ਬੁਨਣ ਚੱਕੂਗੇ ਝੁੰਡ ਚੱਕੂਗੇ ਬਹੂ ਬਿਲਕੁਲ ਨਵੀਂ ਹੈ ਠੀਕ ਹੈ ਜੀ ਇੰਟੀਰੀਅਰ ਨਵਾਂ ਹੈ ਕੋਈ ਲੱਗੀ ਵਜ ਨਹੀਂ ਦੋ ਤਿੰਨ ਪੀਸ ਪੇਂਟ ਜ਼ਰੂਰ ਹੋਣਗੇ ਭਾਜੀ ਇਹਦਾ ਰੇਟ ਅਸੀਂ ਰੱਖਿਆ ਸਿਰਫ 90000 ਰੁਪਏ 90000 ਰੁਪਏ ਸਪੈਸ਼ਲ ਲੈ ਕੇ ਆਏ ਜੀ 22 ਮਾਡਲ ਐਸਪ੍ਰੈਸੋ ਪੂਰੀ ਨਵੀਂ ਕੰਡੀਸ਼ਨ 'ਚ ਚੱਲੀ ਵੀ ਸਾਰੀ ਹੈਗੀ ਹੈ ਜੀ 7000 ਤੋਂ 8000 ਦੇ ਵਿੱਚ ਵਿੱਚ ਜੀ ਐਨ ਵਧੀਆ ਇਹਨੂੰ 15 ਇੰਚੀ ਅਲੋਏ ਟਾਇਰ ਨਵੇਂ ਅਲੋਏ ਟਾਇਰ ਲੱਗੇ ਹੋਏ ਆ ਜੀ ਲੋ ਜੀ ਇੱਕ ਗੱਲ ਹੋਰ ਕਰੀ ਜਿਵੇਂ ਕਹਿੰਦੇ ਜੀਨੇ ਚਲਾਲੀ ਵਰਨਾ ਉਹਦਾ ਇਹਦੇ ਬਿਨਾ ਨਹੀਂ ਸਰਨਾ ਠੀਕ ਹੈ ਜੀ ਇਹ ਵਰਨਾ ਆ ਗਿਆ ਆਪਣੇ ਲਵੇ ਕੀ ਰਿਟੇਲ ਹੈ ਵਧੀਆ ਵੱਡੇ ਟਾਇਰ ਅਲੋਏ ਲੱਗੇ ਹੋਏ ਆ ਜੀ 17 ਇੰਚੀ ਐਨ ਸੋਹਣੀ ਗੱਡੀ ਆ ਜੀ ਇੰਜਨ ਗੀਅਰ 90000 ਜੈਨੂਨ ਚੱਲਿਆ ਤੇ ਐਵੇਂ ਛਾਲ ਮਾਰੂਗੀ ਤੁਹਾਨੂੰ ਫੀਲ ਆਏਗੀ ਤੁਸੀਂ ਯੂ ਆਰ ਸਿਟਿੰਗ ਇਨ ਏ ਗੁੱਡ ਕਾਰ ਯੂ ਆਰ ਸਿਟਿੰਗ ਇਨ ਏ 18 ਪਲੱਸ ਮਾਡਲ ਓਕੇ ਇਹੋ ਜੀ ਗੱਡੀ ਆਪਾਂ ਮਾਰਕੀਟ 'ਚ ਲੈਣ ਜਾਵਾਂਗੇ ਤੁਹਾਨੂੰ 4 ਲੱਖ ਤੋਂ ਘੱਟ ਕਿਤੇ ਨਹੀਂ ਮਿਲਣੀ ਆਪਾਂ ਇਹ ਗੱਡੀ ਤੁਹਾਨੂੰ ਦੇਵਾਂਗੇ ਜੀ 3.5 ਲੱਖ ਰੁਪਈਆ 70-80 ਹਜ਼ਾਰ ਰੁਪਈਆ ਲੈ ਗਿਆ ਉਹ ਬਾਕੀ ਕਰਾਵਾਂਗੇ ਅਸੀਂ ਲੋਨ ਜਦੋਂ ਤੁਹਾਨੂੰ ਐਵਰੇਜ ਗੱਡੀ ਬਲੂ ਐਵਰੇਜ ਰੇਟ ਤੇ ਮਿਲ ਗਈ ਤੁਹਾਡਾ ਦਿਲ ਨਹੀਂ ਦੁਖੇਗਾ ਤੁਸੀਂ ਖੁਸ਼ ਹੋਵੋਗੇ ਕਿ ਤੁਹਾਡੇ ਪੈਸੇ ਵੀ ਬਚੇ ਤੁਹਾਨੂੰ ਚੀਜ਼ ਵੀ ਵਧੀਆ ਮਿਲੇਗੀ ਤਾਂ ਕਿ ਇਸ ਰੇਂਜ ਦੇ ਵਿੱਚ ਨਾਲੇ ਸ਼ੌਂਕ ਵੀ ਪੂਰਾ ਹੋ ਜਾਣਾ ਜੀ ਹਰੇਕ ਦਾ ਇਹ ਗੱਲ ਹੋ ਜਾਂਦੀ ਲੋ ਜੀ ਅੱਜ ਤਾਂ ਬਾਈ ਹੋਰੀ ਪੂਰੇ ਆਪਾਂ ਕਹਿੰਦੇ ਜਿਵੇਂ ਦਾ ਪਟਾਕੇ ਦਾ ਬੰਬ ਲੈ ਕੇ ਆ ਰਹੇ ਹਾਂ ਬੰਬ ਘੈਂਟ ਸਾਰੀਆਂ ਗੱਡੀਆਂ ਦਵਾਂਗੇ ਮਾੜੀ ਗੱਡੀ ਅਸੀਂ ਰੱਖਦੇ ਕੋਈ ਨਹੀਂ ਘੈਂਟ ਗੱਡੀਆਂ ਤੇ ਘੈਂਟ ਹੀ ਰੇਟ ਹੋਣਗੇ ਤੁਹਾਡਾ ਮਾਣ ਵੀ ਘੈਂਟ ਬੜਾ ਘੈਂਟ ਕੀਤਾ ਜਾਊਗਾ ਜਦੋਂ ਤੁਸੀਂ ਆਉਂਗੇ ਸਾਡੇ ਕੋਲ ਸਾਡੇ ਨਾਲ ਤੁਸੀਂ ਗੱਲਬਾਤ ਕਰਨੀ ਆ ਤੁਹਾਨੂੰ ਸਾਡਾ ਪਤਾ ਲੱਗ ਜਾਣਾ ਅਸੀਂ ਇੱਥੇ ਪਿਆਰ ਕਮਾਉਣ ਨੂੰ ਬੈਠੇ ਆ ਅਸੀਂ ਪੈਸੇ ਕਮਾਉਣ ਨੂੰ ਨਹੀਂ ਬੈਠੇ ਭਾਈ ਜੀ ਗੱਡੀ ਮੀਟਰ ਦੇ ਉੱਪਰ 65000 ਚੱਲੀ ਆ ਬਟ ਤੁਸੀਂ ਕਹੇ ਲੱਖ ਚੱਲੀ ਹੋਈ ਆ ਵਿੱਚ ਝੂਠ ਨਹੀਂ ਮਾਰਨਾ ਜਿਹੜੀ ਗੱਲ ਹੈ ਤਾਂ ਹੈ ਹੈ ਜੀ ਬਟ ਜੇ ਆਪਾਂ ਤੁਹਾਨੂੰ 65000 ਦੱਸ ਕੇ ਦਵਾਂਗੇ ਨਾ ਗੱਡੀ ਤੁਸੀਂ ਸਾਨੂੰ ਇੱਕ ਚੀਜ਼ ਦੇਣੀ ਆ ਬਹੁਤ ਵੱਡੀ ਜਿਹਦਾ ਨਾਂ ਹੈਗਾ ਹਲਾਮ ਉਹ ਅਸੀਂ ਲੈਣਾ ਨਹੀਂ ਕਿਸੇ ਵੀ ਅਸੀਂ ਇਹ ਗੱਡੀ ਸਿਰਫ ਦੇ ਰਹੇ ਹਾਂ ਤੁਹਾਨੂੰ 2 ਲੱਖ ਰੁਪਏ 2 ਲੱਖ ਰੁਪਏ ਪਹਿਲੇ ਨਾਂ ਦੀ ਗੱਲ ਚੰਗੇ ਟਾਇਰ ਇੰਜਨ ਚੰਗਾ ਏਸੀ ਵਧੀਆ ਇੰਟੀਰੀਅਰ ਚੰਗਾ ਸੰਦਰੂਪ ਲੱਗਾ ਹੋਇਆ ਹੈ ਜੀ ਕਾਰ ਦੇ ਵਿੱਚ ਇਸ ਗੱਡੀ ਦੀ ਕੰਡੀਸ਼ਨ ਇੰਜਨ ਦੀ ਬਹੁਤ ਵਧੀਆ ਕੰਪਨੀ ਰਿਕਾਰਡ ਨਾਲ ਮੇਨਟੇਨ ਹੈ ਜੀ ਜਿਹਨੂੰ ਦਵਾਂਗੇ ਕੋਈ ਅਲਾਮਾ ਨਹੀਂ ਆਏਗਾ ਦੁਨੀਆ ਦੇ ਸਭ ਤੋਂ ਵੱਡੀ ਚੀਜ਼ ਅਲਾਮਾ ਹੁੰਦੀ ਉਹ ਅਸੀਂ ਲੈਣਾ ਨਹੀਂ ਲਓ ਜੀ ਦੋਸਤੋ ਅੱਜ ਆਪਾਂ ਫੇਰ ਖੜਾਂਗੇ ਹੋਠੀ ਐਂਡ ਸੰਗਾ ਮੋਟਰ ਦੇ ਸੈਕਿੰਡ ਬਲੌਗ ਦੇ ਵਿੱਚ ਠੀਕ ਹੈ ਜੀ ਆਪਣੇ ਕੋਲ ਨੇ ਬਾਈ ਹੋਰੀ ਠੀਕ ਹੈ ਜੀ ਚਾਰੇ ਜਿਹੜੇ ਉਹਦੇ ਆਪਾਂ ਗੱਲਬਾਤ ਕਰੀਏ ਕਰਤਾ ਧਰਤਾ ਠੀਕ ਹੈ ਜੀ ਕਈ ਮਿੱਤਰ ਆ ਕੇ ਕਹਿੰਦੇ ਸੀ ਠੀਕ ਹੈ ਜੀ ਬਾਈ ਹਰਜੋਤ ਨਾਲ ਗੱਲਬਾਤ ਹੀ ਕਰਨੀ ਹੈਗੀ ਕਿਤੇ ਹੋਰ ਨਾਲ ਨਹੀਂ ਕਰਨੀ ਕਹਿੰਦੇ ਆ ਕਿ ਬੰਦਾ ਵੀਡੀਓ ਵਾਲਾ ਲਿਆਓ ਵੀਡੀਓ ਵਾਲੀ ਲੈ ਕੇ ਵੀਡੀਓ ਵਾਲਾ ਬੰਦਾ ਬਾਈ ਜੀ ਕਈ ਵਾਰੀ ਵਿਆਹ ਸ਼ਾਦੀ ਤੇ ਗਿਆ ਹੁੰਦਾ ਠੀਕ ਹੈ ਜੀ ਤੇ ਉਸ ਵੇਲੇ ਸਾਨੂੰ ਬੜੀ ਦਿੱਕਤ ਆਉਂਦੀ ਆ ਇਹ ਵੀ ਸਾਡੀ ਟੀਮ ਆ ਪੂਰੀ ਇਹ ਸਾਰ ਤਿੰਨਾਂ ਹੀ ਮੇਰੇ ਬ੍ਰਦਰ ਆ ਜੀ ਤੁਸੀਂ ਜਦੋਂ ਆਉਂਦੇ ਆ ਤੁਹਾਨੂੰ ਇਹ ਡੀਲ ਕਰਦੇ ਆ ਮੈਂ ਤਾਂ ਬਹੁਤ ਘੱਟ ਡੀਲ ਕਰ ਪਾਉਂਦਾ ਠੀਕ ਹੈ ਜੀ ਤੇ ਇਹ ਇਹਨਾਂ ਨਾਲ ਤੁਹਾਨੂੰ ਇੰਟਰੋਡਕਸ਼ਨ ਜ਼ਰੂਰ ਕਰਾਉਣੀ ਹੈ ਬਾਈ ਜੀ ਕੀ ਨਾਮ ਆਪਣੇ ਗੁਰਵਿੰਦਰ ਸਿੰਘ ਜੀ ਤੇ ਤੁਹਾਡਾ ਵੀਰੇ ਮੇਰਾ ਨਾਮ ਜੀ ਸਤਪਾਲ ਸਿੰਘ ਓਕੇ ਤੁਹਾਡਾ ਵੀਰੇ ਅਭਿਦੀਪ ਸਿੰਘ ਜੀ ਅਭਿਦੀਪ ਬਾਈ ਹੋਰਾਂ ਨੂੰ ਤੁਹਾਨੂੰ ਪਿਛਲੇ ਵਲੌਗ 'ਚ ਦੇਖਿਆ ਸੀ ਠੀਕ ਹੈ ਜੀ ਬਾਈ ਹੋਰੀ ਇਹ ਹੋਣਗੇ ਉਰੇ ਚਾਰਾਂ 'ਚ ਕੋਈ ਵੀ ਬਾਈ ਠੀਕ ਹੈ ਜੀ ਹੋਇਆ ਤੁਸੀਂ ਬੇਝਿਜਕ ਹੋ ਕੇ ਗੱਲ ਕਰੇਗਾ ਕਿ ਅਗਰ ਇਹਨਾਂ ਨੇ 2 ਲੱਖ ਕਹਿਤਾ ਕਾਰ ਦਾ ਤਾਂ ਇਹ ਐ ਨਹੀਂ ਹੈ ਤੁਹਾਨੂੰ 1,90,000 ਕਹਿ ਦੇਣਗੇ ਨਾ ਜੀ ਬਾਈ ਜੀ ਇਹ ਵੀ ਦੋ ਹੀ ਕਹਿਣਗੇ ਸਾਡੇ ਫਾਈਨਲ ਹੁੰਦੇ ਆ ਠੀਕ ਹੈ ਜੀ ਹਾਂਜੀ ਤੁਸੀਂ ਇਹਨਾਂ ਨੇ ਜਿਵੇਂ ਗੱਲ ਕੀਤੀ ਕਿ ਰੇਟ ਸਾਡੀ ਇੱਕ ਸਲਾਹ ਇੱਕੋ ਰੇਟ ਹਾਂ ਇੱਕ ਚੀਜ਼ ਜ਼ਰੂਰ ਹੋ ਜਾਂਦੀ ਕਈ ਵਾਰੀ ਸਾਡੇ ਕੋਲ ਕੋਈ ਸਪੈਸ਼ਲ ਰੈਫਰੈਂਸ ਆ ਜਾਵੇ ਤੇ ਸਾਨੂੰ ਕਈ ਵੀਰਾਂ ਦਾ ਮਾਣ ਕਰਨਾ ਪੈਂਦਾ ਉਹ ਰੈਫਰੈਂਸ ਐ ਹੁੰਦੀ ਆ ਕਿ ਜਿਵੇਂ ਇਸ ਬਾਈ ਦਾ ਕੋਈ ਖਾਸ ਮਿੱਤਰ ਆ ਗਿਆ ਹਾਂਜੀ ਹਾਂ ਜਾਂ ਇਹਨਾਂ ਦਾ ਕੋਈ ਖਾਸ ਦੋਸਤ ਆ ਗਿਆ ਤੇ ਉੱਥੇ ਸਾਨੂੰ ਥੋੜਾ ਬਹੁਤਾ ਰਿਗਾਰਡ ਕਰਨਾ ਪੈਂਦਾ ਆ ਬਟ ਸਾਡੇ ਰੇਟ ਫਿਰ ਵੀ ਅਸੀਂ ਬਹੁਤਾ ਫਰਕ ਨਹੀਂ ਕਰਦੇ ਕੋਈ ਓਪਰਾ ਆਇਆ ਜਾਂ ਸਾਡਾ ਆਪਣਾ ਆ ਸਾਡੇ ਰੇਟਾਂ ਦੇ ਵਿੱਚ ਬਹੁਤ ਮਾਈਨਰ ਡਿਫਰੈਂਸ ਤੁਹਾਨੂੰ ਮਿਲੂਗਾ ਠੀਕ ਹੈ ਇਹ ਨਹੀਂ ਹੋਏਗਾ ਕਿ ਜੇ ਆਪਾਂ 5 ਲੱਖ ਦੀ ਗੱਡੀ ਦਿੱਤੀ ਤਾਂ ਉਹਨੂੰ ਦੂਜੇ ਨੂੰ 4.5 ਦਿੱਤੀ ਠੀਕ ਹੈ ਐ ਨਹੀਂ ਹੋਊਗਾ ਵੀ 5-10 ਹਜ਼ਾਰ ਦਾ ਡਿਫਰੈਂਸ ਆਊਗਾ ਉਹ ਡਿਫਰੈਂਸ ਹੋਊਗਾ ਸਿਰਫ ਕੀ ਹੈ ਕਿ ਅਸੀਂ ਆਪਦੇ ਮਾਰਜਨ ਨੂੰ ਛੱਡ ਦਿੰਦੇ ਹਾਂ ਜੀ ਠੀਕ ਹੈ ਤੇ ਉਸ ਮਾਰਜਨ ਨੂੰ ਅਸੀਂ ਬਹੁਤ ਘਟਾ ਕੇ ਤੁਹਾਡੇ ਕੋਲ ਲੈਂਦੇ ਹਾਂ ਤਾਂ ਕਿ ਤੁਹਾਨੂੰ ਵੀ ਫੀਲ ਨਾ ਹੋਵੇ ਤੇ ਇਹ ਸਾਡੀ ਟੀਮ ਨੇ ਗੁਰਵਿੰਦਰ ਜੀ ਆ ਸਤਪਾਲ ਸਿੰਘ ਬੁੱਟਰ ਤੇ ਅਭਿਦੀਪ ਇਹ ਤੁਹਾਨੂੰ ਡੀਲ ਕਰਦੇ ਸਾਨੂੰ ਇੱਥੇ ਮੈਨੇਜਮੈਂਟ ਵੀ ਇਹੀ ਦੇ ਰਹੇ ਆ ਓਕੇ ਤੇ ਆਪਾਂ ਅੱਗੇ ਵਾਲੀ ਵੀਡੀਓ ਦੀ ਡਿਟੇਲ ਵੀ ਤੁਹਾਨੂੂੰ ਅਭਿਦੀਪ ਦੇ ਰਿਹਾ ਜੀ ਆ ਜਾਓ ਵੀਰੇ ਇਹ ਮਰਾਜ਼ੋ ਗੱਡੀ ਆ ਜੀ ਹਾਂਜੀ ਵੀਰੇ 2019 ਮਾਡਲ ਆ ਜੀ ਓਕੇ ਜੀ ਫਰਸਟ ਓਨਰ ਆ ਜੀ ਚੱਲੀ ਵੀ ਹੈਗੀ ਇਹਨੇ ਕਿ 50-60 ਹਜ਼ਾਰ ਚੱਲੀ ਹੈਗੀ ਆ ਜੀ ਤੇ ਚਲਾਈ ਬੜੀ ਘੱਟ ਆਉਂਦੀ ਨਹੀਂ ਹਾਂਜੀ ਇਹ ਜਿੱਦਾਂ ਮਤਲਬ ਟੈਕਸੀ ਹੈਗੀ ਆ ਪੀਬੀ ਨੰਬਰ 1 ਹੀ ਆ ਬਟ ਇਦਾਂ ਸੀਗਾ ਕਿ ਉਹ ਬੰਦਾ ਥੋੜਾ ਘੱਟ ਚਲਾਉਂਦੇ ਬਾਅਦ ਚ ਫੋਰਨ ਚਲ ਗਏ ਜੀ ਤੇ ਫਿਰ ਬਾਅਦ ਚ ਗੱਡੀ ਖੜੀ ਰਹੀ ਆ ਉਹਨਾਂ ਦੀ ਫਸਟ ਓਨਰ ਹੀ ਆ ਹਾਂਜੀ ਫਸਟ ਓਨਰ ਦੀ ਆ ਜੀ ਗੱਡੀ ਲਓ ਜੀ ਦੋਸਤੋ ਅਗਰ ਕੋਈ ਮਤਲਬ ਵੀ ਕਮਰਸ਼ੀਅਲ ਗੱਡੀ ਚਾਹੁੰਦਾ ਬਹੁਤ ਮੈਸੇਜ ਆਉਂਦੇ ਨੇ ਕਮਰਸ਼ੀਅਲ ਕਾਰ ਚਾਹੀਦੀ ਹੈਗੀ ਇਹ ਕਾਰ ਬਾਈ ਜੀ ਫਸਟ ਪ੍ਰੈਫਰੈਂਸ ਦੇ ਵਿੱਚ ਹੈਗੀ ਬਹੁਤ ਸੋਹਣੀ ਕਾਰ ਹੈ ਬਹੁਤ ਘੈਂਟ ਕਾਰ ਹੈਗੀ ਹੈ ਨਾ ਵੀਰੇ ਬਾਕੀ ਓਵਰਆਲ ਕੀ ਡਿਟੇਲ ਹੈ ਜੀ ਭਾਜੀ ਇਹਨੂੰ 17 ਇੰਚੀ ਅਲੋਏ ਟਾਇਰ ਪਏ ਹੋਏ ਆ ਨਵੇਂ ਅਲੋਏ ਟਾਇਰ ਆ ਜੀ ਗੱਡੀ ਦੀ ਕੰਡੀਸ਼ਨ ਵੀ ਐਨ 1 ਨੰਬਰ ਆ ਜੀ ਮਲਾਈ ਪੂਰੀ ਐਨ ਪੂਰੀ ਆ ਜੀ ਐਨ ਇੱਕ ਵਾਰੀ ਦੇਖੋ ਤੁਸੀਂ ਇੱਕ ਵਾਰੀ ਗੱਡੀ ਘੁੰਮ ਕੇ ਵੀ ਤੇ ਗੱਡੀ ਐਨ ਪੂਰੀ ਆ ਇਸ ਗੱਡੀ ਦੇ ਸਪੈਸ਼ਲ ਪ੍ਰਾਈਸ ਸਪੈਸ਼ਲ ਆਫਰ ਆ ਉਹ ਵੀ ਸਾਡੇ ਵੱਡੇ ਭਾਈ ਤੁਹਾਨੂੰ ਦੇਣਗੇ ਕਿ ਕੀ ਆਫਰ ਦਿੰਦੇ ਆ ਜੀ ਦੇਖੋ ਭਾਈ ਜੀ ਦੇਖੋ ਪਹਿਲੀ ਗੱਲ ਤੇ ਕਿ ਇਹਦੇ ਸਾਰੇ ਟੈਕਸ ਇੰਸ਼ੋਰੈਂਸ ਹਰ ਇੱਕ ਚੀਜ਼ ਪੇਪਰ ਵਰਕ
ਬਿਲਕੁਲ ਦੇਖੋ ਨਵੇਂ ਹੋਣਗੇ ਠੀਕ ਹੈ ਤੇ ਸਰਵਿਸ ਇਹਦੀ ਡਨ ਆ ਓਕੇ ਤੇ ਬਾਈ ਜੀ ਇਹਦਾ ਰੇਟ ਅਸੀਂ ਰੱਖਿਆ ਜਿਹੜਾ ਮੇਰਾ ਵੀਰ ਕੈਸ਼ ਲੈਣ ਆਊਗਾ ਉਹਨੂੰ ਗੱਡੀ ਦਿੱਤੀ ਜਾਊਗੀ 7.5 ਲੱਖ ਰੁਪਏ ਦੀ 7.5 ਲੱਖ ਰੁਪਏ 7.5 ਲੱਖ 'ਚ ਕੰਪਲੀਟ ਡਾਕੂਮੈਂਟ ਤੇ ਜਿਹੜੇ ਮੇਰੇ ਵੀਰ ਨੇ ਲੋਨ ਕਰਾਉਣਾ ਦੇਖੋ ਜੀ ਲੋਨ ਦੇ ਵਿੱਚ ਗੱਡੀ 40 ਤੋਂ 50 ਹਜ਼ਾਰ ਮਹਿੰਗੀ ਪੈਂਦੀ ਹੈ ਉਹ ਉਹਨੂੰ 8 ਲੱਖ 'ਚ ਪਏਗੀ ਗੱਡੀ ਕੈਸ਼ ਵਾਲਾ 7.5 ਲੋਨ ਵਾਲਾ 8 ਲੱਖ ਉਹ ਜਿਹੜੀਆਂ ਟਰਮ ਐਂਡ ਕੰਡੀਸ਼ਨ ਆ ਵੈਨ ਯੂ ਵਿਲ ਕਮ ਹੇਅਰ ਵੀ ਵਿਲ ਕਲੀਅਰ ਯੂ ਐਵਰੀਥਿੰਗ ਮਾਡਲ ਕਿੰਨਾ ਸੀਗਾ 2019 ਮਾਡਲ ਆ ਜੀ M2 ਮਾਡਲ ਆ 7.5 ਲੱਖ ਇਹਦਾ ਰੇਟ ਆ ਜੀ ਠੀਕ ਹੈ ਵਿਦ ਕੰਪਲੀਟ ਪੇਪਰ ਤੇ ਉਸ ਤੋਂ ਬਾਅਦ ਅਗਲੀ ਵੀਰੇ ਇਹ ਅਗਲੀ ਗੱਡੀ ਹੈਗੀ ਹੈ ਸੈਂਟਰੋ 2006 ਮਾਡਲ ਆ ਜੀ ਹਾਂਜੀ ਹਾਂ ਬਹੁਤ ਹੀ ਵਧੀਆ ਗੱਡੀ ਹੈ ਐਂਡ ਪੇਂਟ ਪੱਖੋਂ ਵੀ ਚਲਾਵੇ ਪੱਖੋਂ ਵੀ ਹਾਂਜੀ ਹਾਂ ਬਟ ਇਹ ਓਨਰ ਹੈਗੀ ਆ 4th ਓਨਰ ਠੀਕ ਹੈ ਬਟ ਇੱਥੇ ਵੀ ਇਦਾਂ ਕਿ ਸਪੈਸ਼ਲ ਆਫਰ ਦਿੱਤੀ ਜਾਊਗੀ ਆਪਣੇ ਕਸਟਮਰਾਂ ਦੇ ਲਈ ਹਾਂਜੀ ਤੇ ਇਹਦਾ ਵੀ ਬੈਸਟ ਪ੍ਰਾਈਸ ਦੇਣਗੇ ਉਹ ਵੀ ਆਪਣੇ ਹਰਜੋਤ ਭਾਈ ਤੁਹਾਨੂੰ ਦੱਸਣਗੇ ਭਾਜੀ ਇੰਜਨ ਗੇਅਰ ਬਿਲਕੁਲ ਬਿਲਕੁਲ ਦਾਣੇ ਦੇ ਆ ਜੀ ਬੁਨਣ ਚੱਕੂਗੇ ਝੁੰਡ ਚੱਕੂਗੇ ਬਹੂ ਬਿਲਕੁਲ ਨਵੀਂ ਆ ਠੀਕ ਹੈ ਜੀ ਇੰਟੀਰੀਅਰ ਨਵਾਂ ਹੈ ਕੋਈ ਲੱਗੀ ਵਜ ਨਹੀਂ 2-3 ਪੀਸ ਪੇਂਟ ਜ਼ਰੂਰ ਹੋਣਗੇ ਬਾਈ ਜੀ ਇਹਦਾ ਰੇਟ ਅਸੀਂ ਰੱਖਿਆ ਸਿਰਫ 90,000 ਰੁਪਇਆ 90,000 ਰੁਪਏ ਤੇ 90,000 ਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਤੁਸੀਂ ਵੇਖ ਸਕਦੇ ਹੋ ਲੈਦਰ ਸੀਟ ਕਵਰ ਟਾਇਰ ਚੰਗੇ ਵਧੀਆ ਗੱਡੀ ਬੁੰਨਣ ਜਾ ਕੇ ਨਵੀਂ ਚਲਾਵਾ ਪਾਣੀ ਵਰਗਾ ਨਵਾਂ ਪਾਸਿੰਗ ਵਗੈਰਾ ਓਕੇ ਵੀਰੇ ਪਾਸਿੰਗ 26 ਤੱਕ ਪਾਸਿੰਗ ਹੈ ਜੀ ਓਕੇ ਵੀਰੇ ਗੱਡੀ 26 ਤੱਕ ਇਹਦਾ ਐਂਡ ਪੂਰਾ ਨਵਾਂ ਹੈ ਜੀ ਗੱਡੀ ਤੇ ਬਾਈ ਜੀ ਸਿਰਫ 90,000 ਦੀ ਲੋ ਜੀ ਦੋਸਤੋ ਬਾਈ ਹੋਰਾਂ ਠੀਕ ਹੈ ਜੀ ਨੀਚੇ ਨੰਬਰ ਚੱਲ ਰਹੇ ਨੇ ਹਾਂਜੀ ਬਾਈ ਜੀ ਇੱਕ ਚੀਜ਼ ਹੋਰ ਕਿ ਜਿਹੜੀਆਂ ਲੱਖ ਟਕੀਆਂ ਕਾਰਾਂ ਹੁੰਦੀਆਂ ਨਾ ਬਾਈ ਜੀ ਉਹਨਾਂ ਦੇ ਲੋਨ ਦੀ ਫੈਸਿਲਿਟੀ ਅਸੀਂ ਨਹੀਂ ਦੇ ਪਾਵਾਂਗੇ ਕਾਰਨ ਕੀ ਆ ਮਾਡਲ 10 ਤੋਂ ਥੱਲੇ ਲੋਨ ਬਹੁਤ ਔਖਾ ਹੁੰਦਾ ਹਾਂਜੀ ਤੇ ਜਿਹੜੇ ਮੇਰੇ ਵੀਰ ਬਹੁਤ ਫੋਨ ਕਰਦੇ ਭਾਜੀ ਲੱਖ ਵਾਲੀ ਗੱਡੀ ਲੋਨ ਹੋ ਜਾਏਗਾ ਤਾਂ ਮੈਂ ਉਹਨਾਂ ਵੀਰਾਂ ਨੂੰ ਪਹਿਲਾਂ ਹੀ ਸੌਰੀ ਕਹਿਣਾ ਲੋਨ ਹੋਣਾ ਜੀ 10 ਮਾਡਲ ਤੋਂ ਅਵੱਬ ਮਾਡਲ ਠੀਕ ਹੈ ਵੀਰੇ 11 ਤੇ ਮੰਨ ਲਓ ਨਾ 10 ਤੇ ਵੀ ਹੋ ਜਾਂਦਾ ਜਿੱਦਾਂ ਸਵਿਫਟ ਦੇ ਵਿੱਚ 10 ਤੇ ਵੀ ਹੋ ਜਾਂਦਾ ਜੇ ਕੋਈ ਬਹੁਤ ਹੀ ਵਧੀਆ ਕਾਰ ਹੋਵੇ ਹਾਂਜੀ ਤੇ ਤੁਸੀਂ ਇਹ ਚੀਜ਼ ਮੰਨ ਕੇ ਚੱਲਣੀ ਕਿ ਜਿਹੜੀ ਲੱਖ 1.5 ਲੱਖ ਵਾਲੀ ਕਾਰ ਹੈ ਉਹ ਤੁਸੀਂ ਕੈਸ਼ ਹੀ ਸਾਡੇ ਕੋਲ ਲੈਣ ਆਉਣਾ ਜੀ ਲੋਨ ਦੀ ਫੈਸਿਲਿਟੀ ਉਸ ਤੇ ਅਸੀਂ ਨਹੀਂ ਦੇ ਪਾਵਾਂਗੇ ਠੀਕ ਹੈ ਵੀਰੇ ਆਓ ਚੱਲਦੇ ਹਾਂ ਅਗਲੀ ਵੀਰੇ ਕਈ ਮੇਰੇ ਵੀਰ ਭਰਾ ਕਹਿੰਦੇ ਹੁੰਦੇ ਆ ਕਿ ਸਾਨੂੰ ਉੱਚੇ ਮਾਡਲ ਵਾਲੀ ਗੱਡੀਆਂ ਲੈ ਕੇ ਆਓ 21-22 ਮਾਡਲ ਲੈ ਕੇ ਆਓ ਉਹਨਾਂ ਲਈ ਅਸੀਂ ਸਪੈਸ਼ਲ ਲੈ ਕੇ ਆਏ ਜੀ 22 ਮਾਡਲ ਐਸਪ੍ਰੈਸੋ ਪੂਰੀ ਨਵੀਂ ਕੰਡੀਸ਼ਨ ਜੀ ਚੱਲੀ ਵੀ ਸਾਰੀ ਹੈਗੀ ਹੈ ਜੀ 7,000 ਤੋਂ 8,000 ਦੇ ਵਿੱਚ ਵਿੱਚ ਜੀ ਐਂਡ ਵਧੀਆ ਇਹਨੂੰ 15-ਇੰਚੀ ਅਲੋਏ ਟਾਇਰ ਨਵੇਂ ਅਲੋਏ ਟਾਇਰ ਲੱਗੇ ਹੋਏ ਆ ਜੀ ਐਂਡ ਪੂਰੀ ਗੁੱਡ ਕੰਡੀਸ਼ਨ ਦੇ ਵਿੱਚ VXI ਹੈ ਜੀ 2022 ਮਾਡਲ ਹੈ ਜੀ ਲਫਾਫੇ ਹਾਲ ਤੱਕ ਨਹੀਂ ਇਹਦੇ ਉੱਤੇ ਠੀਕ ਹੈ ਜੀ ਲਫਾਫੇ ਜਿਹੜੇ ਉਹ ਪਿੱਛੇ ਪਾਏ ਹੁੰਦੇ ਨੇ ਇਸ ਗੱਡੀ ਦੀ ਖਾਸੀਅਤ ਸੁਣ ਲਓ VXI ਪਲੱਸ ਮਾਡਲ ਆ ਨਵੀਂ ਦਾ ਰੇਟ ਹੋ ਚੱਲਿਆ ਜੀ 6.25 ਲੱਖ ਰੁਪਇਆ ਇਹਨੂੰ 40-45 ਹਜ਼ਾਰ ਦੇ ਨਵੇਂ ਅਲੋਏ ਟਾਇਰ ਦੇਖੋ ਲੱਗੇ ਹੋਏ ਆ ਗੱਡੀ ਇਸ ਵੇਲੇ ਔਨ ਰੋਡ ਜੇ ਇਹੋ ਜੀ ਤਿਆਰ ਕਰਾਂਗੇ ਤਾਂ 7 ਲੱਖ 'ਚ ਤਿਆਰ ਹੋ ਰਹੀ ਹੈ ਜੀ ਹਾਂਜੀ ਵੀਰੇ ਅਸੀਂ ਇਸ ਗੱਡੀ ਦਾ ਰੇਟ ਰੱਖਿਆ ਜੀ ਸਿਰਫ 22 ਮਾਡਲ ਦਾ ਸਿਰਫ ਤੇ ਸਿਰਫ 6.25 ਲੱਖ ਰੁਪਈਆ 6.25 ਲੱਖ ਰੁਪਈਆ ਬਿਲਕੁਲ ਜੀ 22 ਮਾਡਲ ਹੈ 8,000 ਚੱਲੀ ਮਾਰਕੀਟ ਰੇਟ 7 ਲੱਖ ਰੁਪਈਆ ਨਵੀਂ ਗੱਡੀ ਦਾ 5 ਲੱਖ ਦੇਖੋ ਜੀ ਨਵੀਂ ਗੱਡੀ ਇਹ ਤੁਹਾਨੂੰ ਲਾਈਟ ਏਅਰ ਪਾ ਕੇ 6-25 ਤੇ 40-45 ਹਜ਼ਾਰ ਦੇ ਲਾਈਟ ਏਅਰ ਪੈ ਗਏ ਇਸ ਗੱਡੀ ਨੂੰ ਤੁਸੀਂ ਅਸੈਸਰੀ ਲਾਉਂਗੇ ਤੁਹਾਨੂੰ 7 ਲੱਖ 'ਚ ਇੰਸ਼ੋਰੈਂਸ ਪਾ ਕੇ ਪੈ ਗਈ ਠੀਕ ਹੈ ਜੀ ਅਸੀਂ ਇਹ ਤੁਹਾਨੂੰ ਗੱਡੀ ਦੇ ਰਹੇ ਹਾਂ ਸਿਰਫ 7-8 ਮਹੀਨੇ ਪੁਰਾਣੀ ਕਾਰ ਹੈ 6.25 ਲੱਖ ਰੁਪਏ ਚਾਹੁੰਦੀ ਲਓ ਜੀ ਦੋਸਤੋ ਬਹੁਤ ਦੇਖੋ ਜੀ ਕਿੰਨਾ ਵੱਡਾ ਤੁਹਾਡਾ ਅਸੀਂ ਰਿਕਾਰਡ ਕਰ ਦੇਣਾ ਠੀਕ ਹੈ ਵੀਰੇ ਅਗਲੀ ਕਾਰ ਵੀਰੇ ਅਗਲੀ ਕਾਰ ਆ ਜੀ ਅੱਗੇ ਆਪਾਂ ਲੈ ਕੇ ਆਉਂਦੇ ਜੀ i10 ਲੈ ਕੇ ਆ ਰਹੇ ਆ ਜੀ ਛੋਟੀਆਂ ਗੱਡੀਆਂ ਦੇ ਵਿੱਚ ਜਿੱਦਾਂ ਵਧੀਆ ਸਾਫ ਗੱਡੀਆਂ ਲੈ ਕੇ ਆ ਰਹੇ ਆ ਜੀ ਇਹ i10 ਗ੍ਰੈਂਡ ਆ ਜੀ ਉਹ i10 ਆ ਜੀ ਦੋਵੇਂ 2015 ਮਾਡਲ ਹੈ ਜੀ ਐਂਡ ਵਧੀਆ ਕੰਡੀਸ਼ਨ ਦੇ ਵਿੱਚ ਗੱਡੀਆਂ ਜੀ ਦੋਨੋਂ ਐਂਡ ਜਿੱਦਾਂ ਸਾਫ ਗੱਡੀਆਂ ਇਹਦੇ ਸਪੈਸ਼ਲ ਆਫਰ ਭਾਜੀ ਦੇਣਗੇ ਤੁਹਾਨੂੰ ਬਾਈ ਜੀ ਡਿਫਰੈਂਸ ਕੀ ਹੈ ਛੋਟੇ ਵੀਰ ਨੇ ਜਿਵੇਂ ਗੱਲ ਕੀਤੀ ਦੋਵੇਂ ਹੈਗੀਆਂ i10 ਬਟ ਇਹਨੂੰ ਕਹਿੰਦੇ ਜੀ ਆਪਾਂ i10 ਗ੍ਰੈਂਡ ਇਹਦੀ ਸ਼ੇਪ ਤੇ ਉਹਦੀ ਸ਼ੇਪ ਫਰਕ ਆ ਉਹ ਕੱਲੀ i10 ਆ ਕਾਪਾ ਸੀਰੀਜ਼ ਪੈਟਰੋਲ ਦੇ ਵਿੱਚ ਠੀਕ ਹੈ ਵੀਰੇ ਇਸ ਗੱਡੀ ਡੀਜ਼ਲ ਦਾ ਸਪੋਰਟਸ ਮਾਡਲ ਦਾ ਅਸੀਂ 15 ਮਾਡਲ ਦਾ ਰੇਟ ਰੱਖਿਆ ਜੀ ਤੁਹਾਡੇ ਵਾਸਤੇ 3,60,000 ਰੁਪਇਆ ਓਕੇ 3,60 ਤੇ 15 ਮਾਡਲ ਗੱਡੀ ਆ ਤੁਸੀਂ 70,000 ਰੁਪਇਆ ਲੈ ਗਏ ਉਹ ਬਾਕੀ ਅਸੀਂ ਕਰਾਂਗੇ ਲੋਨ ਇਸ ਗੱਡੀ ਓਕੇ ਠੀਕ ਹੈ ਜੀ ਇਹ ਤਾਂ ਹੋ ਗਈ ਇਸ ਗੱਡੀ ਖਾਸੀਅਤ ਇਹ ਹੈਗੀ ਜੀ 15 ਮਾਡਲ 18 ਦੀ RC ਪਹਿਲੇ ਨਾਂ ਦੀ ਕਾਰ ਆ ਜੀ ਹਾਂਜੀ ਤੇ ਗੱਡੀ 50,000 ਕੁਝ ਕਿਲੋਮੀਟਰ ਇੰਨੀ ਕਿ ਚੱਲੀ ਹੋਈ ਆ ਮੇਰੇ ਖਿਆਲ ਨਾਲ ਤੇ ਇਸ ਗੱਡੀ ਦਾ ਅਸੀਂ ਮਾਰਕੀਟ ਵੈਲਿਊ ਚੈੱਕ ਕਰੀਏ ਤਾਂ 3.5 ਲੱਖ ਰੁਪਈਆ ਆਏਗਾ ਹਾਂਜੀ ਬਟ ਸਾਡਾ ਪ੍ਰਾਈਸ ਹੈਗਾ ਜੀ 2,90,000 ਰੁਪਈਆ 2,90,000 15 ਰਜਿਸਟਰਡ 18 ਪਹਿਲੇ ਨਾਂ ਦੀ ਇਰਾ ਪਲੱਸ ਮਾਡਲ ਹੈ ਜੀ 15 ਰਜਿਸਟਰਡ 18 ਇਹ ਵੀ ਫਾਇਦਾ ਹੋ ਗਿਆ ਹਾਂਜੀ ਬਹੁਤ ਖੂਬੀਆਂ ਨੇ ਜੀ ਗੱਡੀ 'ਚ ਤੇ ਅਸੀਂ 2,90,000 ਇਹਦਾ ਰੱਖਿਆ ਹੋਇਆ ਰੇਟ ਤੁਸੀਂ 50,000 ਰੁਪਈਆ ਲੈ ਕੇ ਉਹ ਬਾਕੀ ਅਸੀਂ ਕਰਾਂਗੇ ਲੋਨ ਠੀਕ ਹੈ ਵੀਰੇ ਦੇਖੋ ਜੀ 50,000 ਡਾਊਨ ਪੇਮੈਂਟ ਬਾਕੀ 15 ਮਾਡਲ ਕਾਰ ਹੈ ਸਿਰਫ 50,000 ਰੁਪਇਆ ਲਿਆਓ ਇਹਦੇ ਪਰ ਲੋਨ ਹੋ ਜੂ 70,000 ਦੋਗੇ ਉਹਦੇ ਤੇ ਲੋਨ ਹੋਊਗਾ ਠੀਕ ਹੈ ਜੀ ਮਤਲਬ ਵੀ ਥੋੜੇ ਥੋੜੇ ਪੈਸੇ ਦੇ ਕੇ ਤੁਸੀਂ ਇੱਕ ਵਧੀਆ ਉੱਚੇ ਮਾਡਲ ਦੀ ਕਾਰ ਲੈ ਸਕਦੇ ਹੋ ਇਹ ਅਸੀਂ ਗੱਡੀਆਂ ਤੁਹਾਡੇ ਲਈ ਲੈ ਕੇ ਆਏ ਆ ਤਾਂ ਰਿਪਰੈਜ਼ੈਂਟ ਕਰ ਰਹੇ ਆ ਕਿਉਂਕਿ ਮੇਰੇ ਵੀਰਾਂ ਕੋ ਕਈ ਵਾਰੀ ਡਾਊਨ ਪੇਮੈਂਟ ਘੱਟ ਹੁੰਦੀ ਹੈ ਹਾਂਜੀ ਲੱਖ ਤੋਂ ਘੱਟ ਦਾ ਮਤਲਬ ਕੀ ਆ ਇਹ ਗੱਡੀਆਂ ਤੁਹਾਨੂੰ ਜਿੱਦਾਂ ਰੂਬਰੂ ਕਰਾਈਆਂ ਐਸਪ੍ਰੈਸੋ ਵੀ ਤੁਹਾਨੂੰ ਲੱਖ ਤੱਕ ਤੁਸੀਂ ਲੈ ਆਓ ਬਾਕੀ ਅਸੀਂ ਕਰਾਂਗੇ ਲੋਨ ਠੀਕ ਹੈ ਜੀ ਸਾਡੇ ਕੋਲ 10 ਤੋਂ 15 ਗੱਡੀਆਂ ਇਹੋ ਜਿਹੀਆਂ ਨੇ ਜਿਹਦੇ ਤੇ 50,000 ਤੋਂ 1,00,000 ਰੁਪਈਏ ਦੇ ਵਿੱਚ ਲੋਨ ਹੋ ਜਾਏਗਾ ਓਕੇ ਇਹਦੀ ਉਰੇ ਹਾਂਜੀ ਜਿੱਦਾਂ ਆਪਣੇ ਬੜੇ ਸ਼ਕੀਨ ਆ ਭਰਾ ਜਿੱਦਾਂ ਬਾਕਸ ਵੈਗਨ ਦੇ ਜੀ ਇਹ
हाँ जी जी चली हैगी है जी 80,000 तो 90,000 के बच्चे तो कंडीशन के एन पूरी वधिया जी अलॉय टायर भी इनू लगे हुए है जी तो नंबर भी यहाँ फैंसी है जी तो एन पूरी वधिया कंडीशन कार है जी ये तुम वधिया ऑफर के नाल भरी देंगे एन पूरी रिकॉर्ड कर लेंगे भाजी 2012 पहले ना की कार है जी कंफर्ट लैन लाए वधिया टायर नवे पेपर पूरे देखो जी गड्डी का रेट है जी 2,85,000 रुपये 2,85,000 तुम 1,00,000 रुपया लेके आओ बाकी असं करा तो लोन ठीक है जी तो गड्डी के कमी पेशी कोई नहीं मिलनी तुम्हें चलावे की इंजन गेयर की बिल्कुल नवी कार है हर एक पासों अगर तुम्हें कमी लगती है तो असं दूर करेंगे बट वोक्सवैगन की असं लोंग टर्म गरंटी नहीं ले सकते ओके क्योंकि लोंग टर्म गरंटी लिए आपको बहुत वधिया ड्राइवर चाहिए हाँ जी हाँ क्योंकि ये रफ नहीं इनू चला सकते रफ एंड टफ चलानी है तुम स्विफ्ट जां डिजायर प्रैफर करनी पैनी है मैं वीर पहला भी अपील की हूँ भी रिक्वेस्ट कर रहे हैं कि जेडे मेरे वीर बिगिनर ने जिन्होंने पहली बार गड्डी लेनी मरुति का प्रोडक्ट ही लैन क्योंकि मरुति के प्रोडक्ट के बहुत चीज़ें योजना ने जड़िया यूजर फ्रेंडली ने तो मेंटेनेंस फ्री गड्डिया मरुति दी गड्डिया के ही मिलनगियाँ ठीक है लो जी एक गल होर करी जिवें कहिंदे जिने चला ली वरना उहदा इहदे बिना नहीं सरना ठीक है जी ये वरना आ गई अपने लवे की रिटेल है वधिया वड्डे टायर अलॉय लगे हुए है जी 17 इंची एंड सोहनी गड्डी है जी ये 2011 मॉडल है जी ठीक है जी एंड वधिया कंडीशन दे विच है जी चली हाँ जी SX है जी तो चली हैगी 90,000 80,000 इन्ने के विच चली हुई है जी वधिया गड्डी कंडीशन दे विच हैगी है जी अलॉय टायर भी सोहने लगे क्योंकि मेरे कई वीर भरावां नूं बड़ा शौक है अलॉय टायरां दा तो भी ये गड्डियां दा अलॉय व्हीलां नाल ही जचदी है ਜੱਚਦੇ ਆ ਅਲੋਏ ਵੀਲਾ ਦੇ ਨਾਲ ਆ ਜੀ ਇਹਦਾ ਰੋ ਵੀ ਜਿੱਦਾਂ ਨਾ ਕਹਿ ਲੋਗੇ ਅਲੋਇਆ ਦੇ ਨਾਲ ਹੀ ਨਿਕਲਦਾ ਜੀ ਐਨ ਪੂਰਾ ਕਿੰਨਾ ਮੁੱਲ ਦੋਗੇ ਵੀਰੇ ਭਾਜੀ ਇਹ ਗੱਡੀ ਹੈਗੀ ਤੀਜੇ ਨਾਂ ਦੀ ਠੀਕ ਹੈ ਜੀ ਠੀਕ ਹੈ ਜੀ ਆਮ ਕਰਕੇ ਇੱਕ ਧਾਰਨਾ ਹੁੰਦੀ ਕਿ ਤੀਜੇ ਨਾਂ ਦੀ ਗੱਡੀ ਲੈਣੀ ਨਹੀਂ ਚਾਹੀਦੀ ਬਟ ਜੇ ਪਹਿਲੇ ਨਾਂ ਦੀ ਇਹੋ ਜਿਹੀ ਚੀਜ਼ ਲਈਏ ਤਾਂ ਆਪਾਂ ਨੂੰ ਰੇਟ ਮਿਲਦਾ ਜੀ 4.25 ਲੱਖ ਰੁਪਏ ਹਾਂ ਜੀ ਅਸੀਂ ਇਸ ਗੱਡੀ ਦਾ ਰੇਟ ਰੱਖਿਆ ਜੀ 3,00,000 ਤੇ ਸਿਰਫ 75,000 ਰੁਪਏ 3,75,000 ਕਿਉਂਕਿ ਇਸ ਗੱਡੀ ਨੂੰ ਤੁਸੀਂ 50,000 ਦੇ ਅਲਾਈਡਰ ਅਸੀਂ ਨਵੇਂ ਲਾਏ ਹੋਏ ਆ ਠੀਕ ਹੈ ਜੀ ਜੇ ਅਸੀਂ ਸਿੰਪਲ ਗੱਡੀ ਦਿੰਨੇ ਤਾਂ ਅਸੀਂ 3.5 ਲੱਖ ਦੀ ਤੁਹਾਨੂੰ ਦੇ ਦੇਣੀ ਸੀ ਗੱਡੀ ਵੀ ਇਹੋ ਜਿਹੀ ਆ ਇੰਜਣ ਗੇਅਰ 90,000 ਜੈਨੂਨ ਚੱਲਿਆ ਤੇ ਐਵੇਂ ਛਾਲ ਮਾਰੂਗੀ ਤੁਹਾਨੂੰ ਫੀਲ ਆਏਗੀ ਤੁਸੀਂ ਯੂ ਆਰ ਸਿਟਿੰਗ ਇਨ ਏ ਗੁੱਡ ਕਾਰ ਯੂ ਆਰ ਸਿਟਿੰਗ ਇਨ ਏ 18 ਪਲੱਸ ਮਾਡਲ ਕਾਰ ਓਕੇ ਇੰਨੀ ਵਧੀਆ ਕੰਡੀਸ਼ਨ ਸਿਰਫ ਓਨਰ ਕਰਕੇ ਦਾ ਫਰਕ ਸਿਰਫ ਓਨਰ ਕਰਕੇ ਅਸੀਂ 50,000 ਇਹਦਾ ਰੇਟ ਘੱਟ ਰੱਖਿਆ ਹੋਇਆ ਠੀਕ ਹੈ ਤਾਂ ਵਧੀਆ ਹੀ ਗੱਡੀ ਇਹ ਬਿਲਕੁਲ ਕੰਫਰਟ ਵੀ ਫੁੱਲੀ ਹੈ ਜੀ ਇਹ ਸਾਰਾ ਕੁਝ ਹੋਇਆ ਹੋਇਆ ਜੀ ਇਹਦੀ ਪੂਰੀ ਗਾਰੰਟੀ ਵੀ ਹੋਏਗੀ ਜੀ ਤੇ ਗੱਡੀ ਦਾ ਪ੍ਰਾਈਸ ਵੀ ਐਂ ਜੈਨੂਇਨ ਹੀ ਹੋਏਗਾ ਉਸ ਤੋਂ ਬਾਅਦ ਆ ਗਈ ਅਗੇਨ ਬਲੈਰੋ ਇਹਦੀ ਕੀ ਡਿਟੇਲ ਹੈ ਜੀ ਸਾਡੇ ਪਿੰਡ ਵਾਲੇ ਮੁੰਡੇ ਬੜੇ ਸ਼ਕੀਨ ਹੁੰਦੇ ਆ ਜੀ ਬਲੈਰੋ ਦੇ ਇਸ ਕਰਕੇ ਸਾਨੂੰ ਕਈ ਹਰ ਤਰ੍ਹਾਂ ਦੇ ਬਲੈਰੋ ਰੱਖਣੇ ਪੈਂਦੇ ਆ ਲਾਈਕ ਕਿ ਆਪਾਂ 11 ਮਾਡਲ ਤੋਂ ਲੈ ਕੇ ਆਪਣੇ ਕੋਲ 20 ਮਾਡਲ ਤੱਕ ਸਾਰੇ ਖੜੀਆਂ ਜੀ ਬਲੈਰੋ ਤੇ ਇਹ ਗੱਡੀ ਹੈਗੀ ਆ ਜੀ ਦੂਜੇ ਨਾਂ ਤੇ ਆ ਜੀ 2011 ਮਾਡਲ ਬਲੈਰੋ ਹੈ ਜੀ ਚੱਲੀ ਇਹ ਵੀ ਹੈਗੀ ਆ 90,000 ਕਿਲੋਮੀਟਰ ਚੱਲੀ ਆ ਜੀ ਵਧੀਆ ਕੰਡੀਸ਼ਨ ਜੀ ਆ ਜੀ ਐਨ ਵਧੀਆ ਅਲੋਏ ਟਾਇਰ ਲੱਗੇ ਹੋਏ ਵੱਡੇ ਨੂੰ ਟਾਇਰ ਬਿਲਕੁਲ ਨਵੇਂ ਮਿਲਣਗੇ ਤੁਹਾਨੂੰ ਗੱਡੀ ਨੋ ਡਾਊਟ ਪੇਂਟਡ ਹੈ ਗੱਡੀ ਅਸੀਂ ਦੱਸ ਕੇ ਦਵਾਂਗੇ ਤੁਹਾਨੂੰ ਗੱਡੀ ਪੇਂਟਡ ਆ ਬਟ ਇਹਦਾ ਰੇਟ ਰੱਖਿਆ ਜੀ ਅਸੀਂ ਸਿਰਫ 3,25,000 ਰੁਪਈਆ 3,25,000 ਇਹ ਗੱਡੀ 2011 ਮਾਡਲ ਨਵੇਂ ਮੀਟਰਾਂ 'ਚ ਨਵੀਂ ਸ਼ੇਪ 'ਚ ਇਹੋ ਜੀ ਗੱਡੀ ਆਪਾਂ ਮਾਰਕੀਟ 'ਚ ਲੈਣ ਜਾਵਾਂਗੇ ਤੁਹਾਨੂੰ 4,00,000 ਤੋਂ ਘੱਟ ਕਿਤਿਓ ਨਹੀਂ ਮਿਲਣੀ ਆਪਾਂ ਇਹ ਗੱਡੀ ਤੁਹਾਨੂੰ ਦੇਵਾਂਗੇ ਜੀ 3,25,000 ਰੁਪਈਆ 70,000 ਤੋਂ 80,000 ਰੁਪਈਆ ਲੈ ਗਿਆ ਉਹ ਬਾਕੀ ਕਰਾਵਾਂਗੇ ਅਸੀਂ ਲੋਨ ਲਓ ਜੀ 11 ਮਾਡਲ ਸਿਰਫ 3,25,000 ਰੁਪਏ 'ਚ ਬਲੈਰੋ ਮਿਲ ਰਹੀ ਹੈ ਤੁਹਾਨੂੰ ਨਵੇਂ ਟਾਇਰ ਵਗੈਰਾ ਸਾਰੇ ਲੱਗੇ ਨੇ ਠੀਕ ਹੈ ਜੀ ਪੇਂਟ ਸ਼ੇਂਟ ਹੈਗੀ ਆ ਕਾਰਵਾਈ ਕਹਿੰਦੇ ਪੇਂਟ ਸ਼ੇਂਟ ਹੈਗੀ ਆ ਪਰ ਮੇਜਰ ਐਕਸੀਡੈਂਟ ਨਹੀਂ ਹੋਏਗੀ ਮਾਈਨਰ ਟਚਿੰਗ ਅਸੀਂ ਤੁਹਾਨੂੰ ਦੱਸ ਕੇ ਦੇਵਾਂਗੇ ਬਟ ਜਿਹੜੇ ਵੀਰੇ ਵੀਰ ਦਾ ਬਜਟ ਹੀ 3,25,000 ਆ ਠੀਕ ਹੈ ਜੀ ਉਹ ਲੈਣ ਆ ਰਿਹਾ ਨਵੀਆਂ ਮੀਟਰਾਂ 'ਚ ਗੱਡੀ ਤੇ ਉਹਨੂੰ ਤਾਂ 4,00,000 ਹੀ ਖਰਚਣਾ ਪਊਗਾ ਬਟ ਸਾਡੇ ਕੋਲ ਲੈ ਕੇ ਜਾਓ ਗੱਡੀ 3,25,000 'ਚ ਲੋ ਸਿੱਧਾ ਸਿੱਧਾ 75,000 ਰੁਪਏ ਦਾ ਫਾਇਦਾ ਹੈ ਬਿਲਕੁਲ ਪੂਰੀ ਸਪੈਸ਼ਲ ਆਫਰ ਆ ਜੀ ਬਾਕੀ ਮੌਕੇ ਤੇ ਵੀ ਡਿਸਕਾਊਂਟ ਕਰ ਦਿਓ ਮੌਕੇ ਤੇ ਵੀਰ ਮਾਣ ਜ਼ਰੂਰ ਕਰਾਂਗੇ ਲੋ ਜੀ ਦੋਸਤੋ ਵੀ ਪੂਰੀ ਘੈਂਟ ਕਾਰ ਤੁਹਾਨੂੰ ਮਿਲ ਰਹੀ ਹੈ ਦੇਖ ਰਿਹਾ ਪਾ ਠੀਕ ਹੈ ਜੀ ਬਾਕੀ ਇੰਜਨ ਗੇਅਰ ਪੂਰਾ ਨਵਾਂ ਇੰਜਨ ਗੇਅਰ ਪੂਰਾ ਵਧੀਆ ਜੀ ਠੀਕ ਹੈ ਜੀ ਪੂਰੀ ਗਾਰੰਟੀ ਹੋਊਗੀ ਕੋਈ ਵੀ ਗੱਡੀ ਦਿੰਦੇ ਆ ਨਾ ਉਹਦਾ ਪੂਰਾ ਦੱਸ ਦਿਆਂਗੇ ਕਿੱਥੋਂ ਕਿੱਥੋਂ ਪੇਂਟ ਆ ਜੀ ਕਿ ਕੱਲ ਨੂੰ ਕਸਟਮਰ ਕਵੇ ਨਾ ਕਿ ਸਾਨੂੰ ਕਿ ਤੁਸੀਂ ਦੱਸਿਆ ਨਹੀਂ ਪੂਰੀ ਫੁੱਲੀ ਡਿਟੇਲ ਦੇਗੀ ਅਸੀਂ ਕਸਟਮਰ ਨੂੰ ਦੱਸੀ ਰਹਾਂਗੇ ਆ ਪੂਰੀ ਗੱਡੀ ਇਦਾਂ ਦੀ ਦੇਖੋ ਭਾਈ ਜੀ ਕੋਈ ਲਗਾਉ ਨਹੀਂ ਰੱਖੀ ਗੱਡੀ ਦੀ ਲਾਈਫ ਹੈ ਨਾ ਜਿਹੜੀ ਉਹ ਸਾਨੂੰ ਲੱਗਦਾ ਕਿ ਅਸੀਂ ਇੱਕ ਆਮ ਬੰਦੇ ਨਾਲੋਂ ਵਧੀਆ ਪ੍ਰੋਡਕਟ ਕਰ ਸਕਦੇ ਆ ਕਿਉਂਕਿ ਅਸੀਂ ਗੱਡੀਆਂ 'ਚ ਰਹਿੰਦੇ ਆ ਹਾਂਜੀ ਸਾਨੂੰ ਪਤਾ ਹੁੰਦਾ ਕਿ ਇਸ ਗੱਡੀ ਦੀ ਇੰਨੀ ਕੁ ਲਾਈਫ ਹੈ ਇੰਜਨ ਇਹਦਾ ਇਹੋ ਜਿਹਾ ਨੇ ਇੰਜੈਕਟਰਾਂ ਦੀ ਆਹ ਕੰਡੀਸ਼ਨ ਹੈ ਗੱਡੀ ਦੇ ਟਾਇਰਾਂ ਦੀ ਬਾਡੀ ਲੈਣ ਦੀ ਆਹ ਕੰਡੀਸ਼ਨ ਜੇ ਬਾਈ ਜੀ ਆਪਾਂ ਤੁਹਾਨੂੰ ਪੂਰੀ ਇਨਫੋਰਮੇਸ਼ਨ ਦੇ ਕੇ ਦੇਵਾਂਗੇ ਨਾ ਗੱਡੀ
ਤੇ ਤੁਹਾਡੇ ਕੋਲ ਇੱਕ ਡਾਟਾਬੇਸ ਹੋਊਗਾ ਕਿ ਮੈਂ ਇਹੋ ਜੀ ਗੱਡੀ ਲੈ ਰਿਹਾ ਇਸ ਰੇਟ ਤੇ ਲੈ ਰਿਹਾ। ਮਤਲਬ ਵੀ ਕੱਲ ਨੂੰ ਇਹ ਨਹੀਂ ਹੋਊਗਾ ਕਿ ਜਿੱਤੋਂ ਕਾਰ ਲੈ ਕੇ ਆਏ ਸਾਨੂੰ ਦੱਸਿਆ ਨਹੀਂ ਆਉਣਾ, ਦੱਸਿਆ ਨਹੀਂ ਹੈ ਹਨਾ ਜੀ। ਦੂਸਰੀ ਗੱਲ ਇਹ ਵੀ ਹੈ ਜੀ ਬਾਈ ਜੀ, ਜਦੋਂ ਤੁਹਾਨੂੰ ਮਾੜੀ ਗੱਡੀ ਮਹਿੰਗੀ ਮਿਲ ਜੇ ਤੁਹਾਡਾ ਦਿਲ ਦੁਖਣਾ, ਹਾਂਜੀ ਜਦੋਂ ਤੁਹਾਨੂੰ ਐਵਰੇਜ ਗੱਡੀ ਬਿਲੋ ਐਵਰੇਜ ਰੇਟ ਤੇ ਮਿਲ ਗਈ ਤੁਹਾਡਾ ਦਿਲ ਨਹੀਂ ਦੁਖਣਾ, ਦਿਲ ਨਹੀਂ ਦੁਖੂਗਾ, ਤੁਸੀਂ ਖੁਸ਼ ਹੋਵੋਗੇ ਕਿ ਤੁਹਾਡੇ ਪੈਸੇ ਵੀ ਬਚੇ ਤੁਹਾਨੂੰ ਚੀਜ਼ ਵੀ ਵਧੀਆ ਮਿਲ ਗਈ। ਜਿੱਦਾਂ ਕਿ ਇਸ ਰੇਂਜ ਦੇ ਵਿੱਚ ਨਾਲੇ ਸ਼ੌਂਕ ਵੀ ਪੂਰਾ ਹੋ ਜਾਣਾ ਜੀ ਹਰੇਕ ਦਾ, ਇਹ ਗੱਲ ਹੋ ਜਾਂਦੀ ਹੈ। ਲਓ ਜੀ ਅੱਜ ਤਾਂ ਬਾਈ ਹੋਰੀ ਪੂਰੇ ਆਪਾਂ ਕਹਿੰਦੇ ਜਿਵੇਂ ਪਟਾਕੇ ਆ ਤਾਂ ਬੰਬ ਲੈ ਕੇ ਆ ਰਹੇ ਹਾਂ ਜੀ, ਬੰਬ ਹੈ ਜੀ। ਅਗਲੀ ਇੱਕ ਹੋਰ ਵੀ ਅੰਦਰ ਮਤਲਬ ਤੁਹਾਨੂੰ ਆਪਾਂ ਰੀਲ ਦੇ ਵਿੱਚ ਦਿਖਾਇਆ ਸੀਗਾ ਅੰਦਰ ਵੀ ਖੜੇ ਨੇ ਇੱਕ ਦੋ ਬੰਬ, ਇੱਕ ਲੈਨ ਬਾਈ ਜੀ ਅੰਦਰ ਸਾਡੀ ਗੁਫਾ 'ਚ ਆ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ। ਲਓ ਜੀ ਆ ਗਈ ਹੁਣ ਇੱਧਰ ਗੱਡੀ, ਠੀਕ ਹੈ ਜੀ ਬਾਈ ਹੋਰੀ ਮੈਂ ਅੰਦਰ ਬਾਰੀ ਮੈਂ ਦੇਖਾਂ ਮੈਂ ਅੰਦਰ ਗੱਡੀਆਂ ਖੜੀਆਂ ਨੇ ਪਰ ਤੁਸੀਂ ਇੱਧਰ ਜਾਣ ਨਹੀਂ ਦੇ ਰਹੀ ਮੈਨੂੰ, ਮੈਂ ਧੱਕੇ ਨਾਲ ਆਇਆ ਇੱਧਰ, ਮਾਈ ਸਾਨੂੰ ਆ ਵੀ ਦਿਓ ਕੀ ਰੇਟ ਲਈ। ਆਪਣੇ ਕੋਲ ਸਟੋਕ ਤਾਂ ਹੈਗਾ ਕਿ 100 ਕਾਰਾਂ ਦਾ, ਦੇਖੋ ਜੀ ਕਈ ਗੱਡੀਆਂ ਸਾਡੇ ਵੇਅਰ ਹਾਊਸ 'ਚ ਖੜੀਆਂ ਹੁੰਦੀਆਂ ਜੀ, ਕਈ ਸਾਡੇ ਗਈ ਹੁੰਦੇ ਗਰਾਜ ਦੇ ਵਿੱਚ ਜਿੱਦਾਂ ਕੰਮ ਕੁੰਮ ਹੋਣ ਗਈਆਂ ਹੁੰਦੀਆਂ ਜੀ, ਤਾਂ ਕਰਕੇ ਜਿੰਨੀਆਂ ਵੀ ਹੁੰਦੀਆਂ ਆਪਾਂ ਸਾਰੀਆਂ ਹੈ ਨਾ ਦਿਖਾ ਨਹੀਂ ਸਕਦੇ, ਪਰ ਆਪਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਦਿਖਾਈਆਂ ਜਾਣ ਹੈ ਨਾ ਜੀ। ਮੈਨੂੰ ਐਂ ਸੀਗਾ ਮੈਂ ਕਈ ਵਾਰ ਆਉਂਦਾ ਨਾ ਵੀ ਆਪਣੇ ਯਾਰਾਂ ਦੋਸਤਾਂ ਵਾਸਤੇ ਵੀਰ ਬਾਈ ਤੇਰੇ ਵਾਸਤੇ ਘੈਂਟ ਜੀ ਗੱਡੀ ਖੜੀ ਹੈ, ਮੈਂ ਕੱਢ ਕੇ ਸਾਈਡ ਤੇ ਲਾ ਰੱਖੀ ਬਾਈ ਜੀ, ਐਂ ਕੋਈ ਨਹੀਂ ਬਾਈ ਜੀ, ਘੈਂਟ ਸਾਰੀਆਂ ਗੱਡੀਆਂ ਦੇਵਾਂਗੇ, ਮਾੜੀ ਗੱਡੀ ਅਸੀਂ ਰੱਖਦੇ ਕੋਈ ਨਹੀਂ, ਘੈਂਟ ਗੱਡੀਆਂ ਤੇ ਘੈਂਟ ਹੀ ਰੇਟ ਹੋਣਗੇ, ਤੁਹਾਡਾ ਮਾਣ ਵੀ ਘੈਂਟ ਬੜਾ ਘੈਂਟ ਕੀਤਾ ਜਾਊਗਾ ਜਦੋਂ ਤੁਸੀਂ ਆਓਗੇ ਸਾਡੇ ਕੋਲ, ਸਾਡੇ ਨਾਲ ਤੁਸੀਂ ਗੱਲਬਾਤ ਕਰਨੀ ਆ, ਤੁਹਾਨੂੰ ਸਾਡਾ ਪਤਾ ਲੱਗ ਜਾਣਾ ਆ। ਹਾਂਜੀ ਅਸੀਂ ਇੱਥੇ ਪਿਆਰ ਕਮਾਉਣ ਨੂੰ ਬੈਠੇ ਹਾਂ, ਅਸੀਂ ਪੈਸੇ ਕਮਾਉਣ ਨੂੰ ਨਹੀਂ ਬੈਠੇ ਪਹਿਲੀ ਗੱਲ, ਦੂਸਰੀ ਗੱਲ ਇਹ ਆ ਕਿ ਕੋਈ ਵੀ ਗੱਡੀ ਸਾਡੇ ਕੋਲ ਜਾਣੀ ਸਾਡੀ ਗਰੰਟੀ ਤੇ ਅਸੀਂ ਤੁਹਾਨੂੰ ਦੇਣੀ ਆ। ਡਿਜ਼ਾਇਰ ਆ ਗਈ ਦੀ ਕੀ ਡਿਟੇਲ ਹੈ ਵੀਰੇ? ਹਾਂਜੀ ਇਹ 14 ਮਾਡਲ ਹੈ ਜੀ, ਪਹਿਲੇ ਨਾਂ ਤੇ ਆ ਜੀ, ਚੱਲੀ ਹੈਗੀ ਆ 1,00,000 ਕਿਲੋਮੀਟਰ ਚੱਲੀ ਹੈਗੀ ਆ, ਬਟ ਇੱਕ ਗੱਲ ਹੈਗੀ ਇਹਦੀ ਕੰਡੀਸ਼ਨ ਕੋਈ ਕਹਿ ਨਹੀਂ ਸਕਦਾ ਕਿ 1,00,000 ਕਿਲੋਮੀਟਰ ਚੱਲੀ ਹੋਈ ਹੈ, ਐਂਡ ਪੂਰੀ ਸਾਫ਼ ਗੱਡੀ ਹੈ ਜੀ, ਗੁੱਡ ਕੰਡੀਸ਼ਨ 'ਚ ਆ, ਇੰਜਨ ਵੀ ਗੁੱਡ ਐਂਡ ਇੰਟੀਰੀਅਰ ਪੱਖੋਂ ਵੀ ਨਵੀਂ ਹੈ ਜੀ ਗੱਡੀ। ਨਾਲੇ ਬਾਈ ਜੀ ਕੰਪਨੀ ਦਾਣੇ ਭੁੰਨਦੀ ਹੈ ਬਾਈ ਜੀ, ਕੰਪਨੀ ਦਾ ਰਿਕਾਰਡ ਮਿਲੂਗਾ, ਇੰਜਨ ਦੀ ਫੁੱਲ ਗਰੰਟੀ ਮਿਲੇਗੀ, ਇੰਜੈਕਟਰ ਵਧੀਆ ਨੇ, ਏਸੀ ਵਧੀਆ ਨੇ, ਟਾਇਰ ਇਹਦੇ 90% 80% ਤੁਹਾਨੂੰ ਮਿਲਣਗੇ, ਕੁਛ ਗੱਡੀਆਂ ਦਾ ਸਾਡੇ ਕੋਲ ਮੀਟਰ ਆਲਰੇਡੀ ਪਿੱਛੋਂ ਟੈਂਪਰਡ ਹੋ ਕੇ ਆ ਜਾਂਦਾ ਆ, ਤੁਸੀਂ ਆ ਕੇ ਜਦੋਂ ਖੋਲੂਗੇ ਤਾਂ ਮੀਟਰ ਤੇ 65,000 ਚੱਲੀ ਹੋਈ ਗੱਡੀ ਆ, ਬਟ ਇਹ ਗੱਡੀ ਐਕਚੁਅਲ 'ਚ 1,00,000 ਕਿਲੋਮੀਟਰ ਚੱਲ ਚੁੱਕੀ ਹੈ। ਓਕੇ ਜੀ, ਅਤੇ 4,50,000 ਦੀ ਤੁਹਾਨੂੰ ਗੱਡੀ ਮਿਲੂਗੀ, ਪਹਿਲੇ ਨਾਂ ਦੀ ਥਰਡ ਪਾਰਟੀ ਇੰਸ਼ੋਰੈਂਸ ਵਿੱਚ ਦਿੱਤੀ ਜਾਊਗੀ, ਕਾਰ ਦਾ ਕੋਈ ਮੇਜਰ ਐਕਸੀਡੈਂਟ ਨਹੀਂ, ਬੁਨਟ ਚੱਕੂਗੇ ਫਰੰਟ ਸੀਲਡ ਹੋਊਗਾ, ਇੰਜਨ ਬਹੁਤ ਵਧੀਆ ਹੋਏਗਾ ਜੀ। ਲਓ ਜੀ ਦੋਸਤੋ, ਐਸਾ ਡੀਲਰ ਮੈਨੂੰ ਨਹੀਂ ਲੱਗਦਾ ਕਿਤੇ ਮਿਲ ਸਕਦਾ ਨਾ ਵੀਰੇ। ਬਾਈ ਜੀ ਸੱਚ ਦੱਸ ਕੇ ਦੇਣੀ, ਅਸੀਂ ਮੈਂ ਉਹੀ ਗੱਲ ਕਰੀ ਹੈ ਵੀ ਜਿਹੜੀ ਗੱਲ ਹਿੱਟ ਕਰੀ ਹੈ ਕਿ ਬਾਈ ਜੀ ਗੱਡੀ ਮੀਟਰ ਦੇ ਉੱਪਰ 65,000 ਚੱਲੀ ਹੈ, ਬਟ ਤੁਸੀਂ ਕਿਹਾ 1,00,000 ਚੱਲੀ ਹੋਈ ਹੈ, ਵੀ ਝੂਠ ਨਹੀਂ ਮਾਰਨਾ, ਜਿਹੜੀ ਗੱਲ ਹੈ ਤਾਂ ਹੈ। ਹੈ ਜੀ ਇੱਦਾਂ ਹੁੰਦਾ ਨਾ, ਕਿਉਂਕਿ ਪੁਰਾਣੀਆਂ ਗੱਡੀਆਂ ਸੈਗਮੈਂਟ ਦੇ ਵਿੱਚ ਸਾਡੇ ਕੋਲ 50% ਕਾਰਾਂ ਇਹੋ ਜਿਹੀਆਂ ਆਉਂਦੀਆਂ ਜਿਨ੍ਹਾਂ ਦਾ ਮੀਟਰ ਟੈਂਪਰ ਹੋ ਚੁੱਕਿਆ ਹੁੰਦਾ, ਹਾਂਜੀ ਹਾਂ, ਅਸੀਂ ਉਹਦਾ ਕੰਪਨੀ ਰਿਕਾਰਡ ਲੈਂਦੇ ਹਾਂ ਜੀ, ਉਸ ਕੰਪਨੀ ਰਿਕਾਰਡ ਦੇ ਹਿਸਾਬ ਨਾਲ ਅਸੀਂ ਕਸਟਮਰ ਨੂੰ ਗਾਈਡ ਕਰੀਦਾ ਕਿ ਇਹ ਗੱਡੀ ਇੰਨੀ ਚੱਲ ਚੁੱਕੀ ਆ, ਦੂਸਰੀ ਸਾਨੂੰ ਤਾਂ ਕੰਡੀਸ਼ਨ ਪਤਾ ਲੱਗ ਹੀ ਜਾਂਦੀ ਇੰਜਨ ਦੀ, ਬਟ ਜੇ ਆਪਾਂ ਤੁਹਾਨੂੰ 65,000 ਦੱਸ ਕੇ ਦੇਵਾਂਗੇ ਨਾ ਗੱਡੀ, ਤੁਸੀਂ ਸਾਨੂੰ ਇੱਕ ਚੀਜ਼ ਦੇਣੀ ਆ ਬਹੁਤ ਵੱਡੀ, ਜਿਹਦਾ ਨਾਂ ਹੈਗਾ ਅਲਾਮਾ, ਉਹ ਅਸੀਂ ਲੈਣਾ ਨਹੀਂ ਕਿਸੇ ਵੀ ਹਾਲਤ, ਠੀਕ ਹੈ ਜੀ, ਕਿਉਂਕਿ ਆਪਾਂ ਲਾਂਬੇ ਵਾਲਾ ਕੰਮ ਹੀ ਨਹੀਂ ਕਰੀਦਾ। ਦੇਖੋ ਦੇਖੋ ਜੀ, ਅਗਲੀ ਗੱਡੀ ਆਪਾਂ ਲੈ ਕੇ ਆਏ ਆਪਣੇ ਭਰਾਵਾਂ ਦੇ ਲਈ, ਫਿਰ ਡਿਜ਼ਾਇਰ ਜੀ, ਕਿਉਂਕਿ ਡਿਜ਼ਾਇਰ ਦੀ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਰਹਿੰਦੀ ਹੈ ਜੀ ਆਪਣੀ, ਇਹ ਜੀ ਇੱਕ ਇਹਦੇ 'ਤੇ ਸਪੈਸ਼ਲ ਹੈ ਜੀ, ਇਹ 11/16 ਹੈ ਜੀ ਡਿਜ਼ਾਇਰ, ਦੇਖੋ ਜੀ ਐਡਾ ਵੱਡਾ ਤੋਹਫਾ। ਹਾਂਜੀ ਹਾਂਜੀ ਬਾਈ ਜੀ, 11 ਮਾਡਲ ਹੈ, 16 ਦੀ ਆਰਸੀ ਬਣੀ ਹੈ, 16 × 15 ਹੋ ਗਿਆ ਜੀ 31, ਕੱਤੀ ਤੱਕ ਇਹਦੇ ਟੈਕਸ ਆਨਲਾਈਨ ਬੋਲਦੇ ਆ ਜੀ, ਮਤਲਬ 31 ਤੱਕ ਇਹ ਵੈਲਿਡ ਹੈਗੀ ਆ। ਇਸ ਗੱਡੀ ਦੀਆਂ ਖੂਬੀਆਂ ਤੁਹਾਨੂੰ ਹੋਰ ਦੱਸਾਂਗੇ, ਪਹਿਲੇ ਨਾਂ ਦੀ ਕਾਰ, ਨੋਨ ਐਕਸੀਡੈਂਟ, ਬੁਨਟ ਚੱਕੂਗੇ ਫਰੰਟ ਸੀਲਡ ਆ, ਫਰੰਟ ਦਾ ਸ਼ੀਸ਼ਾ ਨਾਲ ਦਾ ਜੀ, ਪਲੱਸ ਟਾਇਰ ਲਾਏ 16 ਇੰਚ ਵਿੱਚ ਨਵੇਂ ਲੱਗੇ, ਦੇਖੋ ਦੇਖੋ ਨਵੇਂ ਅਲੋਏ ਟਾਇਰ ਲੱਗੇ ਜੀ ਇਹਨੂੰ, 16 ਇੰਚ ਵਿੱਚ ਨਵੇਂ ਲਾਏ ਟਾਇਰ, ਅਤੇ ਗੱਡੀ ਬਿਲਕੁਲ ਵਧੀਆ, 1,50,000 ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ ਹੈ ਜੀ। ਓਕੇ ਵੀਰੇ, ਕਿੰਨਾ ਮੁੱਲ ਹੈ ਜੀ? ਮੁੱਲ ਰੱਖਿਆ ਜੀ ਅਸੀਂ 3,15,000 ਰੁਪਈਆ। ਓਕੇ ਵੀਰੇ, 11 ਰਜਿਸਟਰਡ, 16, 3,15,000 ਦੇ ਵਿੱਚ ਤੁਹਾਨੂੰ ਗਿਫਟ ਵੀ ਜ਼ਰੂਰ ਦਿੱਤਾ ਜਾਊਗਾ, ਤੁਸੀਂ ਆਓ ਅਤੇ ਗਿਫਟ ਵੀ ਲੈ ਕੇ ਜਾਓ। ਦੋਸਤੋ ਮਤਲਬ ਵੀ ਇਹ ਕਾਰ 'ਚ ਫਾਇਦੇ ਹੀ ਫਾਇਦੇ ਨੇ, ਠੀਕ ਹੈ ਜੀ, 11 ਮਾਡਲ ਹੈ ਅਤੇ 16 ਦੀ ਕਾਪੀ ਬਣ ਗਈ, ਮਤਲਬ ਵੀ ਜਿਹੜੇ 5 ਸਾਲ ਰਹਿ ਗਏ 5 ਸਾਲ ਆਪਾਂ ਨੂੰ ਫ੍ਰੀ ਦੇ ਮਿਲ ਗਏ, ਫ੍ਰੀ ਦੇ ਮਿਲ ਗਏ, ਹੈ ਨਾ ਜੀ, ਸੰਗਰੂਰ ਜ਼ਿਲ੍ਹੇ ਦੇ ਮਿੱਤਰ ਨੇ ਆਹ ਕਾਰ ਲੈਣੀ ਆ ਕਰੂਜ਼, ਠੀਕ ਹੈ ਜੀ, ਬਾਈ ਕਹਿੰਦਾ ਇਹ ਤੋਹਫਾ ਹੈ ਜੀ। ਹਾਂਜੀ ਪੂਰਾ ਜੀ, ਕੀ ਡਿਟੇਲ ਹੈ ਜੀ? ਕਰੂਜ਼ ਦੇ ਆਪਣੇ ਬਹੁਤ ਜ਼ਿਆਦਾ ਸ਼ੌਕੀਨ ਹੁੰਦੇ ਆ ਜੀ ਯਾਰ ਦੋਸਤ ਵੀ, ਆਪਣੇ ਜਿੱਦਾਂ ਵੀ ਆ ਵੀਰ ਭਰਾ ਬੜੇ ਕਹਿੰਦੇ ਆਪਾਂ ਨੂੰ ਕਰੂਜ਼ ਗੱਡੀਆਂ ਲੈ ਕੇ ਆਓ, ਕਰੂਜ਼ ਲੈ ਕੇ ਆਓ, ਇਸ ਲਈ ਆਪਾਂ ਕਰੂਜ਼ ਦਾ ਵੀ ਸਟੋਕ ਰੱਖੀ ਦਾ ਨਾਲ ਦੀ ਨਾਲ ਜੀ। ਇਹ 2010/11 ਹੈ ਜੀ ਕਰੂਜ਼ ਜੀ, ਫਸਟ ਓਨਰ ਆ ਜੀ, ਇਹ ਚੱਲੀ ਵੀ ਹੈਗੀ ਆ 70-80,000 ਕਿਲੋਮੀਟਰ ਚੱਲੀ ਹੈ ਜੀ, ਵਧੀਆ ਕੰਡੀਸ਼ਨ ਦੇ ਵਿੱਚ ਚੱਲੀ ਹੈਗੀ ਹੈ ਜੀ, ਅਤੇ ਡੀਜ਼ਲ ਹੈ ਜੀ ਇਹ, ਅਤੇ ਇਹਦੇ 'ਤੇ ਸਪੈਸ਼ਲ ਔਫਰ ਦੇ ਨਾਲ ਭਾਅ ਜੀ ਤੁਹਾਨੂੰ ਦੇਣਗੇ ਵਿਦ ਡਿਸਕਾਊਂਟ ਪੂਰਾ ਐਨ ਵਧੀਆ ਸਨਰੂਫ
ਅਸੀਂ ਇਹ ਗੱਡੀ ਸਿਰਫ ਦੇ ਰਹੇ ਹਾਂ ਤੁਹਾਨੂੰ 2 ਲੱਖ ਰੁਪਏ 'ਚ 2 ਲੱਖ ਰੁਪਏ 'ਚ ਪਹਿਲੇ ਨਾਂ ਦੀ ਕਾਰ ਚੰਗੇ ਟਾਇਰ ਇੰਜਣ ਚੰਗਾ ਏਸੀ ਵਧੀਆ ਇੰਟੀਰੀਅਰ ਚੰਗਾ ਸੰਦਰੂਪ ਲੱਗਾ ਹੋਇਆ ਜੀ ਕਾਰ ਦੇ ਵਿੱਚ ਤੇ ਨੋਨ ਐਕਸੀਡੈਂਟ ਦੀ ਤੁਹਾਨੂੰ ਗਰੰਟੀ ਮਿਲੂਗੀ ਠੀਕ ਹੈ ਵੀਰੇ ਠੀਕ ਹੈ ਜੀ ਲੋ ਜੀ ਐਡਾ ਵੱਡਾ ਤੋਹਫਾ ਕਿਤੇ ਨਹੀਂ ਮਿਲ ਸਕਦਾ 2 ਲੱਖ ਰੁਪਏ ਦੀ ਕਰੂਜ਼ ਮਿਲ ਰਹੀ ਹੈਗੀ ਪਹਿਲੇ ਨਾਂ ਦੀ 50 ਨੰਬਰ ਸੰਦਰੂਪ ਵਾਲੀ ਗੱਡੀ ਦੇਖੀ 2 ਲੱਖ ਹਾਂ ਠੀਕ ਹੈ ਜੀ ਮੈਨੂਅਲ ਹੈ ਜੀ ਮੈਨੂਅਲ ਗੱਡੀ ਹੈ ਆਟੋਮੈਟਿਕ ਨਹੀਂ ਹੈਗੀ ਹਾਂ ਮੈਨੂਅਲ ਤੇ ਪੁਸ਼ ਬਟਨ ਸਟਾਰਟ ਹੈ ਤੇ ਨੰਬਰ ਦੀ ਗੱਲਬਾਤ ਕਰੀਏ ਬਾਈ ਜੀ ਨੰਬਰ ਵੀ ਪੇਡ ਲੱਗਾ ਹੈ 0078 ਬਹੁਤ ਰੀਜ਼ਨੇਬਲ ਪ੍ਰਾਈਸ ਜੈਨੂਇਨ ਪ੍ਰਾਈਸ ਤੇ ਵਧੀਆ ਗੱਡੀ ਆ ਉਹ ਹੈ ਬਾਈ ਜੀ ਇਹ ਕਹਿੰਦੇ ਆ ਕਿ ਇਹਨੂੰ ਤੋਲ ਕੇ ਵੀ ਦਵਾਂਗੇ ਨਾ ਤੇ 2.5 ਲੱਖ ਦੀ ਚੱਲ ਜਾਂਦੀ ਹੈ ਜੀ ਠੀਕ ਹੈ ਜੀ ਇਸ ਕਰਕੇ ਆਪਾਂ ਤੁਹਾਨੂੰ 2 ਲੱਖ ਦੀ ਗੱਡੀ ਦਵਾਂਗੇ ਬਾਕੀ ਜਿਹੜੇ ਮੇਰੇ ਵੀਰ ਇਹਨੂੰ ਮੇਨਟੇਨ ਕਰਨਾ ਜਾਣਦੇ ਆ ਦੇ ਵਿਲ ਕਮ ਉਹ ਇਹਨੂੰ ਬੈਟਰ ਤਰੀਕੇ ਨਾਲ ਰੱਖ ਸਕਦੇ ਆ ਹਾਂਜੀ ਹਾਂ ਅਸੀਂ ਕਿਸੇ ਨਵੇਂ ਬੰਦੇ ਨੂੰ ਇਹ ਰეკਮੈਂਡ ਨਹੀਂ ਕਰਦੇ ਕਿਉਂਕਿ ਵੈਂਟੋ ਪੋਲੋ ਪਲੱਸ ਸ਼ੈਵਰਲੇਟ ਕਰੂਜ਼ ਜਿਹੜੀ ਆ ਉਹ ਭੇਤੀ ਬੰਦਾ ਜਿਹੜਾ ਇਹਨਾਂ ਗੱਡੀਆਂ ਦਾ ਭੇਤ ਰੱਖਦਾ ਹਾਂਜੀ ਹਾਂ ਹੀ ਕੈਨ ਬਾਏ ਦਿਸ ਕਾਰ ਨਵਾਂ ਬੰਦਾ ਬਿਲਕੁਲ ਨਹੀਂ ਅਸੀਂ ਦਿੰਦੇ ਵੀ ਨਹੀਂ ਠੀਕ ਹੈ ਦੇਖੋ ਭਾਜੀ ਕਿੰਨੀ ਵਧੀਆ ਗੱਲ ਕਹੀ ਭਾਜੀ ਨੇ ਕਿ ਅਸੀਂ ਪੂਰਾ ਕੁਝ ਖੋਲ ਕੇ ਦਿੰਦੇ ਆ ਕਿ ਜਿਹੜੇ ਬਾਕਸ ਆ ਕਹਿੰਦੇ ਸ਼ੈਵਲਟ ਉਸ ਬੰਦੇ ਨੂੰ ਦੇਣਾ ਕਿ ਜਿਹੜਾ ਭੇਤੀ ਆ ਨਹੀਂ ਤਾਂ ਹਰ ਇੱਕ ਬੰਦੇ ਨੂੰ ਹੁੰਦਾ ਹੀ ਹੈ ਕਿ ਇਹ ਗੱਲ ਕਹਿਣ ਦੀ ਲੋੜ ਨਹੀਂ ਹੈਗੀ ਪਰ ਫਿਰ ਵੀ ਭਾਜੀ ਆਪਾਂ ਫੁੱਲੀ ਦੱਸ ਕੇ ਕਸਟਮਰ ਨੂੰ ਸਮਝਾ ਕੇ ਦੇਈਦਾ ਕਿ ਆਹ ਗੱਡੀ ਇਦਾਂ ਮੇਨਟੇਨ ਕਰਨੀ ਹੈਗੀ ਆ ਜੀ ਮਤਲਬ ਊਂ ਮਾੜੀਆਂ ਕਾਰਾਂ ਨਹੀਂ ਹੁੰਦੀਆਂ ਹੈਗੀਆਂ ਇਹ ਬਟ ਕਈ ਵਾਰ ਬਾਏ ਚਾਂਸ ਕੁਝ ਹੋ ਜਾਂਦਾ ਨਾ ਥੋੜਾ ਖਰਚੇ ਮਹਿੰਗੇ ਨੇ ਕਾਰਾਂ ਦੇ ਹਨਾ ਇਹੀ ਕਾਰਨ ਹੈ ਜੀ ਗੱਡੀ ਨੂੰ ਮੇਨਟੇਨ ਕਰਨਾ ਥੋੜਾ ਜਿਹਾ ਔਖਾ ਤਾਂ ਹੁੰਦਾ ਕਿਉਂਕਿ ਹਰ ਕੋਈ ਹੁਣ ਤੁਸੀਂ ਡਾਕਟਰ ਹੋ ਤੁਸੀਂ ਇੱਕ ਬੰਦੇ ਨੂੰ ਮੇਨਟੇਨ ਕਰ ਸਕਦੇ ਹੋ ਗੱਡੀ ਨੂੰ ਨਹੀਂ ਕਰ ਸਕਦੇ ਗੱਡੀ ਨੂੰ ਮੇਨਟੇਨ ਕਰਨ ਲਈ ਤੁਹਾਨੂੰ ਗੱਡੀ ਦੀਆਂ ਅਲਫਾਬੈਟ ਸਿੱਖਣੀਆਂ ਪੈਣਗੀਆਂ ਸਵੇਰੇ ਸਟਾਰਟ ਕਰਨੀਆਂ ਫਿਰ ਉਹਨੂੰ ਗਰਮ ਕਰਨਾ ਆ ਤੇਲ ਪਾਣੀ ਚੈੱਕ ਕਰਨਾ ਵਾ ਫਿਰ ਗੱਡੀ ਨੂੰ ਤੋਰਨਾ ਫਿਰ ਇੰਜਣ ਦੇ ਉੱਤੇ ਮੀਟਰ ਦੇ ਉੱਤੇ ਕੋਈ ਲਾਈਟ ਤਾਂ ਨਹੀਂ ਆ ਰਹੀ ਇਹਨਾਂ ਚੀਜ਼ਾਂ ਦੀ ਮੋਨੀਟਰਿੰਗ ਕਰਨੀ ਆ ਜਿਹੜੇ ਬੰਦੇ ਨੂੰ ਇਹ ਅਲਫਾਬੈਟਸ ਫੰਡਾਮੈਂਟਲਸ ਪਤਾ ਹੈਗੀਆਂ ਜੀ ਉਹਨੂੰ ਤਾਂ ਹਰ ਕੋਈ ਗੱਡੀ ਦੇ ਦਿਓ ਉਹਨੂੰ ਤਾਂ ਉਹਨੇ ਤਾਂ ਸਾਰੀਆਂ ਚਲਾ ਲੈਣੀਆਂ ਕਿਉਂਕਿ ਮੰਨ ਲਓ ਇਹਦੇ ਵਿੱਚ ਕੋਈ ਲਾਈਟ ਆਉਂਦੀ ਆ ਸੈਂਸਰ ਦਾ ਫੋਲਟ ਆ ਤੁਸੀਂ ਨਹੀਂ ਦੇਖਦੇ ਅੱਗੇ ਜਾ ਕੇ ਉਹ ਤੁਹਾਨੂੰ ਤੰਗੀ ਕਰੂਗਾ ਗੱਡੀ ਰਾਹ ਦੇ ਵਿੱਚ ਰੱਖੂਗੀ ਤੁਹਾਨੂੰ ਬਟ ਜੇ ਤੁਸੀਂ ਦੇਖ ਲਈ ਤੁਸੀਂ ਆਪ ਭੇਤੀ ਹੋ ਮੰਨ ਲਓ ਮੋਹਰਿਓਂ ਏਅਰਮਾ ਸੈਂਸਰ ਆ ਕੋਈ ਪਲੱਗ ਲਿੱਥਾ ਆ ਜਾਂ ਤੁਹਾਨੂੰ ਕੋਈ ਇੰਜੈਕਟਰ ਦਾ ਕੋਈ ਵੀ ਪਲੱਗ ਲੈ ਗਿਆ ਤੁਹਾਨੂੰ ਨਹੀਂ ਪਤਾ ਗੱਡੀ ਮਿਸ ਮਾਰਨ ਲੱਗ ਗਈ ਅਗਰ ਤੁਸੀਂ ਭੇਤੀ ਹੋਗੇ ਤੁਸੀਂ ਬੁਲਟ ਚੱਕੋਗੇ ਬਾਈ ਚਾਂਸ ਗੱਡੀ ਸਟਾਰਟ ਨਾ ਹੋਵੇ ਟਰਮੀਨਲ ਢਿੱਲਾ ਹੋ ਗਿਆ ਬੈਟਰੀ ਦਾ ਤੁਹਾਨੂੰ ਨਹੀਂ ਪਤਾ ਲੱਗਿਆ ਉਹ ਤਾਂ ਹੀ ਆ ਨਾ ਜੇ ਤੁਹਾਨੂੰ ਅਲਫਾਬੈਟਸ ਆਉਂਦੇ ਹੋਣਗੇ ਅਤੇ ਇਸ ਕਰਕੇ ਇੱਕ ਡਾਕਟਰ ਬੰਦਾ ਵੀ ਇੰਜੀਨੀਅਰ ਦਾ ਕੰਮ ਕਰ ਸਕਦਾ ਜੇ ਉਹਨੂੰ ਫੰਡਾਮੈਂਟਲ ਪਤਾ ਹੈ ਠੀਕ ਹੈ ਜੀ ਮਤਲਬ ਛੋਟੀ ਛੋਟੀ ਗੱਲਾਂ ਧਿਆਨ ਰੱਖੇ ਧਿਆਨ ਰੱਖਣਾ ਅਗਲੀ ਵਾਰ ਸਡਾਨ ਕਾਰ ਲੈ ਕੇ ਆਏ ਆ ਆਪਣੇ ਵੀਰਾਂ ਦੇ ਲਈ ਹਾਂਜੀ ਇਹ ਹੈਗੀ ਜੀ ਹੋਂਡਾ ਸਿਟੀ ਡੀਜ਼ਲ ਦੇ ਵਿੱਚ ਜੀ ਓਕੇ ਜੀ 2015 ਮਾਡਲ ਹੈ ਜੀ ਸੈਕਿੰਡ ਓਨਰ ਆ ਚੱਲੀ ਹੈਗੀ 1.25 ਲੱਖ ਕਿਲੋਮੀਟਰ ਚੱਲੀ ਹੈਗੀ ਬਟ ਕੰਡੀਸ਼ਨ ਦੇ ਹਿਸਾਬ ਨਾਲ ਇਹ ਵੀ ਕੋਈ ਦੱਸ ਨਹੀਂ ਸਕਦਾ ਕਿ 1.25 ਲੱਖ ਚੱਲੀ ਐਂਡ ਪੂਰੀ ਨਵੀਂ ਨਾਲ ਦੀ ਕੰਡੀਸ਼ਨ ਹੈ ਜੀ ਇੱਥੇ ਵੀ ਬੈਸਟ ਆਫਰ ਬੈਸਟ ਪ੍ਰਾਈਜ਼ ਆਪਾਂ ਦੇਵਾਂਗੇ ਉਹ ਵੀ ਭਾਈ ਤੁਹਾਨੂੰ ਹੁਣੇ ਦੱਸਣਗੇ ਕੀ ਪ੍ਰਾਈਜ਼ ਦੇ ਬਾਈ ਜੀ ਇਹ ਸੈਕਿੰਡ ਓਨਰ ਗੱਡੀ ਹੈ ਕੰਪਨੀ ਦਾ ਸਾਰਾ ਰਿਕਾਰਡ ਹੈ ਟਾਇਰ ਨਵੇਂ ਨੇ ਸਰਵਿਸ ਡਨ ਹੈ ਮੇਜਰ ਐਕਸੀਡੈਂਟ ਦੀ ਗਰੰਟੀ ਮਾਈਨਰ ਟਚਿੰਗ ਜ਼ਰੂਰ ਹੈਗੀ ਆ ਠੀਕ ਹੈ ਜੀ ਇਹ ਗੱਡੀ ਅਸੀਂ ਤੁਹਾਨੂੰ 5.5 ਲੱਖ ਦੇ ਵਿੱਚ ਦੇਵਾਂਗੇ ਨਾਲ ਤੁਹਾਨੂੰ ਦੇਵਾਂਗੇ ਨਾ ਕਰਾ ਕੇ ਤੁਹਾਡੇ ਅਤੇ ਬਾਕੀ ਜੋ ਵੀ ਸਾਡੇ ਵੱਲੋਂ ਗਿਫਟ ਹੋਏਗੀ ਜਾਂ ਤੇਲ ਦਾ ਟੈਂਕ ਫੋਲਿਆ ਉਹ ਅਸੀਂ ਜ਼ਰੂਰ ਦੇਵਾਂਗੇ ਠੀਕ ਹੈ ਜੀ ਅਤੇ ਹੋਂਡਾ ਦੀਆਂ ਗੱਡੀਆਂ ਨੇ ਮੇਰੀ 24-25 ਦੀ ਐਵਰੇਜ ਹੈਗੀ ਇਹਨੂੰ ਕੋਈ ਮੇਨਟੇਨ ਕਰਨਾ ਕੋਈ ਇੰਨਾ ਔਖਾ ਨਹੀਂ ਠੀਕ ਹੈ ਐਨੀ ਬੜੀ ਕੈਨ ਈਜ਼ੀਲੀ ਮੇਨਟੇਨ ਦਿਸ ਕਾਰ ਕੰਡੀਸ਼ਨ ਦੇ ਹਿਸਾਬ ਨਾਲ ਵੀ ਗੱਡੀ ਪੂਰੀ ਐਨ ਇੱਕ ਨੰਬਰ ਹੈ ਜੀ ਐਨ ਪੂਰੀ ਐਨ ਵਧੀਆ ਕੰਡੀਸ਼ਨ ਹੈ ਜੀ ਲੋ ਜੀ ਠੀਕ ਹੈ ਜੀ ਅੱਗੇ ਚੱਲਦੇ i20 ਹੈ ਜੀ ਇਹ ਦੇਖੋ ਜੀ ਆਪਣੇ ਕੋਲ 2 i20 ਆ ਜੀ ਇਲਾਈਟ ਜੀ ਨਵੀਂ ਸ਼ੇਪ ਦੇ ਵਿੱਚ ਜੀ ਹਾਂਜੀ ਬੈਸਟ ਗੱਡੀਆਂ ਜੀ ਉਹ 2017 ਮਾਡਲ ਡੀਜ਼ਲ ਹੈ ਜੀ ਇਹ ਜੀ 19/20 ਮਾਡਲ ਜੀ ਪੈਟਰੋਲ ਆ ਜੀ ਐਂਡ ਵਧੀਆ ਕੰਡੀਸ਼ਨ 'ਚ ਜੀ ਦੋਨੋਂ ਸੈਕਿੰਡ ਓਨਰ ਹੈ ਜੀ ਕਾਰ ਜੀ ਉਹ ਵੀ ਚੱਲੀ ਹੈਗੀ 1.25 ਲੱਖ ਕਿਲੋਮੀਟਰ ਚੱਲੀ ਹੈਗੀ ਆ ਜੀ ਉਹ ਵੀ ਕੰਪਨੀ ਰਿਕਾਰਡ ਦੇ ਨਾਲ ਜੀ ਬਟ ਮੀਟਰ 'ਤੇ ਉਹ ਵੀ ਹੈਗੀ ਆ 65,000 ਕਿਲੋਮੀਟਰ ਪਰ ਆਪਣਾ ਕੰਮ ਹੈਗਾ ਕਿ ਸੱਚ ਦੱਸ ਕੇ ਦੇਣੀ ਜਿਹੜੀ ਵੀ ਚੀਜ਼ ਦੇਣੀ ਜੀ ਝੂਠ ਵਾਲਾ ਕੰਮ ਨਹੀਂ ਕਰਨਾ ਜੀ ਇਹ ਚੱਲੀ ਹੈਗੀ ਆ ਜੀ 40-45,000 ਕਿਲੋਮੀਟਰ ਚੱਲੀ ਇਹਦਾ ਗੱਡੀਆਂ ਨਵੀਂ ਕੰਡੀਸ਼ਨ ਦੇ ਵਿੱਚ ਜੀ ਇਹ ਓਨ ਰਿਕਾਰਡ ਇਹ ਵੀ ਕੰਪਨੀ ਰਿਕਾਰਡ ਦੇ ਨਾਲ ਹੀ ਚੱਲੀ ਜੀ ਹਾਂਜੀ ਜੀ ਇਹਦੇ 'ਤੇ ਵੀ ਆਪਾਂ ਸਪੈਸ਼ਲ ਆਫਰ ਅਤੇ ਬਾਈ ਜੀ ਹੁਣ ਗੱਲ ਕਰਦੇ ਹਾਂ ਆਫਰ ਦੀ ਛੋਟੇ ਵੀਰ ਨੇ ਤੁਹਾਨੂੰ ਡਿਟੇਲ ਤਾਂ ਦੇਤੀ ਆ ਇਹ ਗੱਡੀ ਜਿਹੜੀ 40,000 ਕਿਲੋਮੀਟਰ ਚੱਲੀ ਆ 2019 ਰਜਿਸਟਰਡ ਵੀ ਇਹਦਾ ਮਾਰਕੀਟ ਪ੍ਰਾਈਸ ਜਿਹੜਾ ਤੁਹਾਨੂੰ ਆਏਗਾ 6,60,000 ਜਾਂ 65,000 ਰੁਪਈਆ ਅਸੀਂ ਇਸ ਗੱਡੀ ਦਾ ਰੇਟ ਰੱਖਿਆ ਜੀ 6,10,000 ਰੁਪਈਆ ਓਕੇ ਇਹਦੇ ਵਿੱਚ ਤੁਸੀਂ 1-1.5 ਲੱਖ ਰੁਪਈਆ ਲੈ ਕੇ ਆਓ ਬਾਕੀ ਅਸੀਂ ਕਰਾਂਗੇ ਲੋਨ ਓਕੇ 2 ਦਿਨਾਂ ਦੇ ਵਿੱਚ ਲੋਕਲ ਕਸਟਮਰ ਜਿਹੜਾ ਸਾਡੇ ਲਾਗੇ ਦਾ ਹੈਗਾ ਜਲੰਧਰ ਜ਼ਿਲ੍ਹੇ ਦਾ ਹੁਸ਼ਿਆਰਪੁਰ ਦਾ 2-3 ਦਿਨਾਂ ਦੇ ਵਿੱਚ ਅਸੀਂ ਉਹਨੂੰ ਡਿਲੀਵਰੀ ਦੇ ਦਾਂਗੇ ਅਤੇ ਦੂਸਰੀ ਗੱਲ ਇਹ ਹੈ ਕਿ ਮਾਡਲ ਸੀ ਨਾ ਇਹ 19 ਰਜਿਸਟਰਡ ਵੀ ਪੈਟਰੋਲ ਮੈਗਨਾ ਆਪਸ਼ਨਲ 19/20 ਸੈਕਿੰਡ ਓਨਰ ਲਓ ਜੀ ਸਿਰਫ 1 ਲੱਖ ਰੁਪਈਆ ਲੈ ਕੇ ਹੈ ਜੀ ਸਿਰਫ 1 ਲੱਖ ਰੁਪਈਆ ਸਿਰਫ 1 ਲੱਖ ਰੁਪਈਆ ਲਿਆਓ ਜਿਹਦਾ ਸਿਬਲ ਸਕੋਰ ਵਧੀਆ ਪੂਰਾ ਵਧੀਆ ਵਾਲਾ ਜੀ ਠੀਕ ਹੈ ਜੀ ਉਹ ਕਾਰ ਬੰਦਾ ਲਿਜਾ ਸਕਦਾ ਸਿਰਫ 1 ਲੱਖ ਰੁਪਏ ਦੇ ਕੇ i20 19/20 ਮਾਡਲ
ਅਗਲੀ ਕਾਰ ਉਹਦੇ ਕੀ ਟਾਇਰ ਨਵੇਂ ਕੰਡੀਸ਼ਨ ਵਾਈਜ਼ ਤੁਸੀਂ ਦੇਖੋਗੇ ਬੋਨਟ ਜਾ ਕੇ ਬਿਲਕੁਲ ਨਵੀਂ ਹੋਊਗੀ ਸਾਡੀ ਗੱਡੀ ਦਾ ਜੋ ਅਸੀਂ ਰਿਕਾਰਡ ਤੁਹਾਨੂੰ ਦੱਸਾਂਗੇ ਜੀ ਉਹੀ ਹੋਏਗਾ ਐਨੀ ਥਰਡ ਪਰਸਨ ਤੁਹਾਨੂੰ ਕੁਛ ਸਾਡੇ ਤੋਂ ਇਲਾਵਾ ਨਹੀਂ ਕਹੇਗਾ ਕੋਈ ਮਕੈਨਿਕ ਤੁਸੀਂ ਲਿਆਉਣਾ ਆਪਦਾ ਮਕੈਨਿਕ ਵੀ ਲੈ ਕੇ ਆ ਸਕਦੇ ਹੋ ਸਾਡੇ ਵੱਲੋਂ ਕੋਈ ਕਿਸੇ ਨੂੰ ਰੋਕ ਟੋਕ ਨਹੀਂ ਆਪਣਾ ਤਸੱਲੀ ਵੀ ਕਰ ਸਕਦੇ ਹੋ ਅਸੀਂ ਤੁਹਾਨੂੰ ਪਰ ਗੱਡੀ ਪੂਰੀ ਤਸੱਲੀ 'ਤੇ ਆਪਣੀ ਗਰੰਟੀ 'ਤੇ ਦੇਵਾਂਗੇ 17 ਮਾਡਲ ਗੱਡੀ ਹੈ ਡੀਜ਼ਲ ਹਾਂਜੀ ਇਹ ਹੈਗਾ ਜੀ ਡੀਜ਼ਲ ਵੇਰੀਐਂਟ ਜਿਵੇਂ ਛੋੜੇ ਵੀਰ ਨੇ ਦੱਸਿਆ ਕਿ ਇਹਦਾ ਮੀਟਰ 'ਤੇ ਤਾਂ ਹੈਗਾ 65,000 ਪਰ ਗੱਡੀ ਚੱਲੀ ਹੈ 1,25,000 ਹਾਂਜੀ ਬਟ ਕੰਡੀਸ਼ਨ ਵਧੀਆ ਕਰਕੇ ਅਸੀਂ ਲਈ ਹੈ ਨਾ ਗੱਡੀ ਕਿਉਂਕਿ ਜੇ ਸਾਨੂੰ ਪਤਾ ਅਸੀਂ ਇੰਜਣ ਦੀ ਗਰੰਟੀ ਚੱਕਾਂਗੇ ਤਾਂ ਅਸੀਂ ਗੱਡੀ ਲਈ ਆ ਹਾਂਜੀ ਇਸ ਗੱਡੀ ਦੀ ਕੰਡੀਸ਼ਨ ਇੰਜਣ ਦੀ ਬਹੁਤ ਵਧੀਆ ਕੰਪਨੀ ਰਿਕਾਰਡ ਦਾ ਮੇਨਟੇਨ ਹੈ ਜੀ ਜਿਹਨੂੰ ਦੇਵਾਂਗੇ ਕੋਈ ਅਲਾਮਾ ਨਹੀਂ ਆਏਗਾ ਦੁਨੀਆ ਦੇ ਸਭ ਤੋਂ ਵੱਡੀ ਚੀਜ਼ ਅਲਾਮਾ ਹੁੰਦੀ ਕਿ ਉਹ ਅਸੀਂ ਲੈਣਾ ਨਹੀਂ ਤੇ ਵਧੀਆ ਕੰਡੀਸ਼ਨ ਜੇ ਵੀ ਹੋਊਗੀ ਤੇ ਇੱਕ ਪ੍ਰਾਈਸ ਵੀ ਇਹਦਾ ਬੈਸਟ ਹੋਊਗਾ ਲਾਸਟ ਕਾਰ ਆ ਵੇਖੋ ਇਸ ਬਲੌਗ ਦੀ ਵੀਰੇ ਹਾਂਜੀ ਇਸ ਗੱਡੀ ਦਾ ਮਾਰਕੀਟ ਰੇਟ 7,00,000 ਹੈ ਜੀ ਅਸੀਂ ਇਹ ਗੱਡੀ ਤੁਹਾਨੂੰ ਦੇ ਰਹੇ ਹਾਂ 6,45,000 ਚ ਵਿਦ ਕੰਪਲੀਟ ਪੇਪਰ ਠੀਕ ਹੈ 17 ਮਾਡਲ ਜੀ 17 ਮਾਡਲ ਜੀ ਅਲਾਈ ਟਾਇਰ ਨਵੇਂ ਲਾਈ ਟਾਇਰ ਨਵੇਂ ਨੇ ਤੇ ਰੇਟ ਤੁਸੀਂ ਲੱਗ ਗਿਆ ਪਤਾ ਤੁਹਾਨੂੰ ਠੀਕ ਹੈ ਬਾਈ ਜੀ ਤੇ ਲੋਨ ਇਹਦੇ ਤੇ ਕਿੰਨਾ ਹੋ ਜੂਗਾ ਜੀ ਬਾਈ ਜੀ ਇਹ ਤੇ ਤੁਹਾਨੂੰ 1.5 ਤੋਂ 1.5 ਲੱਖ ਰੁਪਈਆ ਦੇਣਾ ਪਏਗਾ ਓਕੇ ਬਾਕੀ ਅਸੀਂ ਕਰਾਂਗੇ ਲੋਨ ਓਕੇ ਜਿਹੜੇ ਮੇਰੇ ਵੀਰ ਵਧੀਆ ਜੋਬ ਆ ਜਿਹਨਾਂ ਦੀ ਸਰਕਾਰੀ ਜੋਬ ਆ ਮੰਥਲੀ ਇਨਕਮ ਗੁੱਡ ਆ ਉਹਨਾਂ ਨੂੰ ਹੋ ਸਕਦਾ ਅਸੀਂ 1,00,000 ਰੁਪਈਆ ਡਾਊਨ ਪੇਮੈਂਟ ਲੈ ਕੇ ਬਾਕੀ ਕਰ ਦਈਏ ਲੋਨ ਠੀਕ ਹੈ ਇੱਕ ਇਹ ਆਸਤਾ ਵੇਰੀਐਂਟ ਆ ਜੀ ਹਾਂਜੀ ਇੱਥੇ ਸਕਰੀਨ ਵਗੈਰਾ ਸਾਰੇ ਫੀਚਰਸ ਵਗੈਰਾ ਫੁੱਲੀ ਲੋਡਿੰਗ ਕਾਰ ਆ ਜੀ ਬਿਲਕੁਲ ਲੋ ਜੀ ਦੋਸਤੋ ਇਹ ਸੀਗੇ ਅੱਜ ਦੀਆਂ ਕਾਰਾਂ ਦੇਖੋ ਬਹੁਤ ਘੈਂਟ ਕਾਰਾਂ ਸੀਗੀਆਂ ਤੇ ਰੇਟ ਸੀਗੇ ਬਿਲਕੁਲ ਮਤਲਬ ਵੀ ਚੈਲੇਂਜਿੰਗ ਪ੍ਰਾਈਸ ਆਪਾਂ ਕਹਿ ਦਈਏ ਨਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਕਿਸੇ ਨੂੰ ਵੀ ਕੋਈ ਵੀ ਕਾਰ ਚਾਹੀਦੀ ਹੈਗੀ ਨੰਬਰ ਨੀਚੇ ਆ ਰਹੇ ਹੋਣਗੇ ਅਤੇ ਬਾਕੀ ਬਾਈ ਹੋਰਾਂ ਦਾ ਕੈਟਾਲੋਗ ਵਗੈਰਾ ਨੀਚੇ ਦਿੱਤੇ ਨੰਬਰ ਨੰਬਰਾਂ ਦੇ ਉੱਪਰ ਵਟਸਐਪ ਦੇ ਉੱਪਰ ਤੁਸੀਂ ਹੈਲੋ ਕਰੋਗੇ ਤੁਹਾਡੇ ਕੋਲ ਕੈਟਾਲੋਗ ਆ ਜੂਗਾ ਅਤੇ ਕਾਲ ਕਰਕੇ ਵਿਜਿਟ ਕਰ ਸਕਦੇ ਹੋ ਔਨਲਾਈਨ ਵੀ ਬਾਈ ਹੋਰਾਂ ਲੋਕੇਸ਼ਨ ਪਈ ਆ ਅਤੇ ਇੱਕ ਮੈਂ ਰਿਕੁਐਸਟ ਕਰਨਾ ਚਾਹੂੰਗਾ ਜ਼ਰੂਰ ਜੀ ਕਈ ਭਰਾ ਕਈ ਵਾਰੀ ਕਹਿ ਰਹਿੰਦੇ ਕਿ ਤੁਸੀਂ ਫੋਨ ਨਹੀਂ ਚੱਕਦੇ ਜ਼ਿਆਦਾ ਬਿਜ਼ੀ ਸਕੈਜੂਅਲ ਹੋਣ ਦਾ ਕਰਕੇ ਨਾ ਸਾਡੇ ਕੋਲ ਫੋਨ ਅਟੈਂਡ ਨਹੀਂ ਹੁੰਦੇ ਕਈ ਵਾਰੀ ਜੀ ਕਸਟਮਰ ਬੈਠੇ ਹੁੰਦੇ ਜਾਂ ਕਿਸੇ ਦਾ ਕੋਈ ਗਿਆ ਹੁੰਦਾ ਕੋਈ ਵੀ ਅਤੇ ਆਪਣਾ ਨੀਚੇ ਨਾ ਕੈਟਲੋਗ ਦਾ ਨੰਬਰ ਹੁੰਦਾ ਜੀ ਉਸ ਨੰਬਰ ਦੇ ਉੱਤੇ ਤੁਸੀਂ ਹੈਲੋ ਦਾ ਮੈਸੇਜ ਕਰਨਾ ਜੀ ਅਤੇ ਨਾਲ ਹੀ ਤੁਹਾਨੂੰ ਇੱਕ ਆਟੋ ਇੱਕ ਮੈਸੇਜ ਆ ਜਾਣਾ ਨਹੀਂ ਆਪਣੇ ਆਪ ਤਾਂ ਉਹਦੇ 'ਤੇ ਇੱਕ ਬਲੂ ਕਲਰ ਦਾ ਲਿੰਕ ਹੋਣਾ ਉਹਨੂੰ ਕਲਿੱਕ ਕਰੋ ਨਾਲ ਹੀ ਸਾਡੇ ਕੋਲ ਜਿੰਨਾ ਵੀ ਸਟੋਕ ਹੈਗਾ ਨਾ ਉਹ ਸਾਰੇ ਦਾ ਸਾਰਾ ਖੁੱਲ ਜਾਣਾ ਜੀ ਉਹ ਤਾਂ ਤੁਸੀਂ ਗੱਡੀ ਸਿਲੈਕਟ ਕਰ ਸਕਦੇ ਹੋ ਸਾਨੂੰ ਵਟਸਐਪ ਦੇ ਉੱਪਰ ਮੈਸੇਜ ਕਰ ਸਕਦੇ ਹੋ ਜੀ ਆਪਾਂ ਤੁਹਾਨੂੰ ਪੂਰਾ ਉਹਦਾ ਦਿਖਾਵਾਂਗੇ ਜੀ ਉਹ ਪ੍ਰੋਗਰਾਮ ਬਾਈ ਜੀ ਉਹ ਜਿਹੜੇ ਚਾਰੇ ਨੰਬਰ ਸਕਰੀਨ 'ਤੇ ਆ ਰਹੇ ਆ ਤੁਸੀਂ ਦੇਖ ਰਹੇ ਹੋ ਨਾਲ ਨਾਲ ਉਹ ਚਾਰੇ ਨੰਬਰਾਂ 'ਤੇ ਸਾਡੇ ਵਟਸਐਪ ਵਰਕਿੰਗ ਨੇ 24 ਆਵਰ ਚੱਲਦੇ ਨੇ ਆਟੋ ਜਨਰੇਟਡ ਮੈਸੇਜ ਜਿਹੜਾ ਸਾਡੀ ਕੰਪਨੀ ਵੱਲੋਂ ਵੈਲਕਮ ਮੈਸੇਜ ਆ ਉਹ ਸਾਡੇ ਸਾਰੇ ਨੰਬਰਾਂ 'ਤੇ ਆ ਰਿਹਾ ਉਹ ਤੁਸੀਂ ਕਿਸੇ ਵੀ ਨੰਬਰ 'ਤੇ ਹੈਲੋ ਕਰੋਗੇ ਆਏਗਾ ਅਗਰ ਤੁਸੀਂ ਕੋਈ ਸਪੈਸ਼ਲ ਡਿਮਾਂਡ ਹੈ ਜਿਵੇਂ ਕਿਸੇ ਮੇਰੇ ਵੀਰ ਨੇ ਮੰਨ ਲਓ ਐਕਸਯੂਵੀ ਲੈਣੀ ਆ ਉਹ ਸਾਨੂੰ ਲਿਖ ਦੇਵੇ ਐਕਸਯੂਵੀ ਬਜਟ ਲਿਖੇ ਆਪਦਾ ਨਾਲ ਨਾਲ ਲਿਖੇ ਲੋਨ ਕਰਾਉਣਾ ਜਾਂ ਕੈਸ਼ ਲੈਣੀ ਆ ਤਿੰਨ ਚੀਜ਼ਾਂ ਸਾਨੂੰ ਦੱਸ ਦੇਵੇ ਅਸੀਂ ਵਿਦਨ 6-7 ਆਵਰਸ ਰਾਤ ਦੇ ਟਾਈਮ ਤਾਂ ਅਸੀਂ ਨਹੀਂ ਕਈ ਵਾਰੀ ਫੀਡ ਦੇ ਪਾਉਂਦੇ ਪਰ ਦਿਨੇ ਦੇ ਅਸੀਂ 2-3 ਮਿੰਟ ਜਾਂ 2-3 ਘੰਟਿਆਂ ਦੇ ਵਿੱਚ ਤੁਹਾਨੂੰ ਉਹਦਾ ਪ੍ਰੋਪਰ ਫੀਡਬੈਕ ਦੇਵਾਂਗੇ ਠੀਕ ਹੈ ਕਿ ਬਾਈ ਜੀ ਤੁਹਾਨੂੰ ਕਿਹੜੀ ਗੱਡੀ ਦੇ ਸਕਦੇ ਹਾਂ ਬਾਕੀ ਸਾਡੀ ਕੈਟਾਲੋਗ ਦੇ ਵਿੱਚ ਤੁਸੀਂ ਗੱਡੀਆਂ ਚੈੱਕ ਕਰ ਸਕਦੇ ਹਾਂ ਜੇ ਸਾਡੇ ਕੈਟਾਲੋਗ ਦੇ ਵਿੱਚ ਤੁਹਾਡੇ ਪਸੰਦ ਦੀ ਗੱਡੀ ਨਹੀਂ ਹੈਗੀ ਉਹ ਤੁਸੀਂ ਸਾਨੂੰ ਵਟਸਐਪ 'ਤੇ ਕੁਐਰੀ ਲਓ ਸਾਨੂੰ ਮੈਸੇਜ ਕਰੋ ਫੋਨ ਕਾਲ ਵਿਧੀ ਸ਼ਡਿਊਲ ਹੋਣ ਕਰਕੇ ਕਈ ਵਾਰੀ ਨਹੀਂ ਚੱਕ ਹੁੰਦਾ ਉਹਦੇ ਲਈ ਅਸੀਂ ਪਹਿਲਾਂ ਹੀ ਸੌਰੀ ਤੁਹਾਡੇ ਕੋਲ ਮੰਗਦੇ ਹਾਂ ਲਓ ਜੀ ਚੱਲਦੇ ਆਪਾਂ ਤੀਜੇ ਵਲੌਗ ਦੇ ਵਿੱਚ ਹਾਂਜੀ ਆ ਜਾਓ